ਕੀ ਤੁਸੀਂ ਆਪਣੀ ਕੈਨੇਡਾ ਜਾਣ ਵਾਸਤੇ ਪਰਮਨੈਂਟ ਰੈਜ਼ਿਡੈਂਸੀ ਦੀ ਅਪਲੀਕੇਸ਼ਨ ਲਗਾਈ ਹੋਈ ਹੈ ਕੀ ਤੁਸੀਂ ਕੈਨੇਡਾ ਪੱਕੇ ਤੌਰ ਤੇ ਜਾਣਾ ਚਾਹੁੰਦੇ ਅੱਜ 6 ਮਹੀਨੇ ਸਾਲ ਹੋ ਚੁੱਕਾ ਹੈ ਸੀਆਰਐਸ ਸਕੋਰ ਨਹੀਂ ਆ ਰਿਹਾ ਜੋ ਤੁਹਾਡੀ ਪ੍ਰੋਫਾਈਲ ਦਾ ਹੈ ਸਕੋਰ ਬਹੁਤ ਜ਼ਿਆਦਾ ਹੈ ਯਾਰ ਕਿਸ ਤਰੀਕੇ ਦੇ ਨਾਲ ਸੀਆਰਐਸ ਸਕੋਰ ਨੂੰ ਇੰਪਰੂਵ ਕਰੀਏ ਹੁਣੇ ਫੋਨ ਚੱਕੋ ਕਾਲ ਕਰੋ ਤੇ ਸੈਮੀਨਾਰ ਦਾ ਹਿੱਸਾ ਬਣੋ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਤੁਹਾਡਾ ਆਪਣਾ ਮਨਪਸੰਦੀ ਇਮੀਗ੍ਰੇਸ਼ਨ ਸ਼ੋਅ ਡਾਰੀ ਵਿਦੇਸ਼ਾਂ ਨੂੰ ਸੋ ਬਹੁਤ ਸਾਰੇ ਸਵਾਲ ਸਟੂਡੈਂਟਸ ਦੇ ਕਿ ਅਸੀਂ ਅਗਰ ਸਪਾਊਸ ਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਆ ਤਾਂ ਅਸੀਂ ਕਿਹੜੀ ਕੰਟਰੀ ਚੂਜ਼ ਕਰੀਏ ਯੂਕੇ ਜਾਈਏ ਜਾਂ ਆਸਟ੍ਰੇਲੀਆ ਜਾਏ ਕੁਝ ਉਸ ਦੇ ਬਾਰੇ ਵੀ ਤੁਹਾਨੂੰ ਕਲੈਰਟੀ ਦਵਾਂਗੇ ਪੀਟੀ ਦੇ ਨਾਲ ਅਗਰ ਜਾਣਾ ਹੈ ਤਾਂ ਕਿੰਨਾ ਸਕੋਰ ਹੋਣਾ ਹੀ ਚਾਹੀਦਾ ਅਗਰ ਤੁਸੀਂ ਅਪਲਾਈ ਕਰਨ ਜਾ ਰਹੇ ਹੋ ਦੂਜਾ ਕੈਨੇਡਾ ਦੀ ਵੀ ਗੱਲ ਕਰਾਂਗੇ ਸਟ੍ਰਾਈਕ ਨੂੰ ਲੈ ਕੇ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਸਟੂਡੈਂਟਸ ਦੇ ਸਵਾਲ ਸਾਡੇ ਕੋਲ ਨੇ ਕਿ ਪ੍ਰੋਸੈਸਿੰਗ ਵਿੱਚ ਕੋਈ ਫਰਕ ਤਾਂ ਨਹੀਂ ਪੈ ਰ ਆਏਗਾ ਉਸ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਤੇ ਇਹ ਸਾਰੀ ਡਿਸਕਸ਼ਨ ਦੇ ਲਈ ਸਾਡੇ ਨਾਲ ਜੋ ਵਿੱਚ ਮੌਜੂਦ ਨੇ ਜੀ ईएसएस ਗਲੋਬਲ ਤੋਂ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਟੀ ਜੀ ਬਹੁਤ ਬਹੁਤ ਸਵਾਗਤ ਹੈ ਸਰ ਸਾਸ਼ਟ੍ਰਿਕਾ ਥੈਂਕ ਯੂ ਵੈਰੀ ਮਚੀ ਸਾਡੇ ਨਾਲ ਜੁੜੇ ਸਾਰੇ ਦਸ਼ਕਾਂ ਨੂੰ ਮੇਰੇ ਵੱਲੋਂ ਤੇ ईएसएस ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਹਾਂਜੀ ਸਰ ਯੂਕੇ ਤੋਂ ਹੀ ਸ਼ੁਰੂਆਤ ਅੱਜ ਮੈਂ ਕਰਨਾ ਚਾਹੂੰਗੀ ਜ਼ਰੂਰ ਪਹਿਲਾਂ ਕਿਉਂਕਿ ਅਸੀਂ ਬਾਕੀ ਕੰਟਰੀਜ਼ ਦੀ ਸਕਾਲਰਸ਼ਿਪਸ ਦੀ ਤਾਂ ਗੱਲ ਕਰਦੇ ਹੀ ਆਂ ਪਰ ਜਦੋਂ ਆਪਾਂ ਯੂਕੇ ਦੇ ਉੱਪਰ ਫੋਕਸ ਕਰੀਏ ਤਾਂ ਕਿਸ ਤਰ੍ਹਾਂ ਦੀ ਸਕਾਲਰਸ਼ਿਪ ਕਿਸ ਤਰ੍ਹਾਂ ਦੀ ਦੇਖੋ ਯੂਕੇ ਜਿਹੜਾ ਕੰਟਰੀ ਹੈ ਐਸ ਸਪੈਸੀਫਿਕ ਅਜ ਤੋਂ ਜੇ 20 25 ਸਾਲ ਪਹਿਲਾਂ ਗੱਲ ਕਰੀਏ ਵਿਲਾਇਤ ਯੂਕੇ ਨੂੰ ਹੀ ਕਿਹਾ ਜਾਂਦਾ ਸੀਗਾ ਆਪਣੀ ਗੱਲਾਂ ਬਾਤਾਂ ਦੇ ਵਿੱਚ ਜਦ ਬੰਦਾ ਵਿਲਾਇਤ ਗਿਆ ਤਾਂ ਮਤਲਬ ਬਾਈ ਡਿਫਾਲਟ ਇਹ ਅਸਿਊਮ ਹੁੰਦਾ ਸੀ ਇਹ ਯੂਕੇ ਵਾਲੇ ਪਾਸੇ ਹੀ ਤੁਰਿਆ ਉਸ ਤੋਂ ਬਾਅਦ ਯੂਕੇ ਹੌਲੀ ਹੌਲੀ ਕਮਰਸ਼ੀਅਲਾਈਜ਼ ਹੋਇਆ 2009 ਦੇ ਵਿੱਚ ਜਦ ਉਹਨਾਂ ਨੇ ਆਪਣੇ ਐਜੂਕੇਸ਼ਨ ਨੂੰ ਬਾਹਰ ਐਕਸਪੋਰਟ ਕਰਨਾ ਸ਼ੁਰੂ ਕੀਤਾ ਇੱਥੋਂ ਮਤਲਬ ਹੈ ਉਹਨਾਂ ਨੇ ਬਾਹਰੋਂ ਬੱਚੇ ਬੁਲਾਉਣੇ ਸ਼ੁਰੂ ਕੀਤੇ ਵੀ ਸਾਡੀ ਐਜੂਕੇਸ਼ਨ ਨੂੰ ਆ ਕੇ ਪੜੋ ਤੇ ਪੈਸੇ ਦਿਓ ਕਮਰਸ਼ialize ਹੋ ਗਿਆ ਤੇ ਇਹ ਇਹ ਉਹ ਪੀਰੀਅਡ ਸੀਗਾ 2008-09 ਦਾ ਜਦ ਪੂਰੀ ਯੂਨੀਵਰਸਿਟੀ ਸੈਕਟਰ ਦੋ ਹਿੱਸਿਆਂ ਚ ਵੰਡਿਆ ਗਿਆ ਇੱਕ ਪੁਰਾਣੀ ਯੂਨੀਵਰਸਿਟੀਆਂ ਜਿਹਨੂੰ ਆਪਾਂ ਰੈਡ ਬ੍ਰਿਕ ਯੂਨੀਵਰਸਿਟੀਆਂ ਕਹਿੰਦੇ ਆ ਦਾ ਟ੍ਰੈਡੀਸ਼ਨਲ ਯੂਨੀਵਰਸਿਟੀਆਂ ਆਰ ਰਸਲ ਗਰੁੱਪ ਯੂਨੀਵਰਸਿਟੀਆਂ ਦਾ ਨਾਮ ਦਿੱਤਾ ਜਾਂਦਾ ਹੈ ਪਲੱਸ ਮਾਡਰਨ ਯੂਨੀਵਰਸਿਟੀਆਂ ਇਹਦਾ ਡਿਫਰੈਂਸ਼ੀਏਸ਼ਨ ਤੁਹਾਡੇ ਵਾਸਤੇ ਆ ਜਾ ਸਟੂਡੈਂਟ ਐਨਾ ਹੀ ਹੈ ਜਿਹੜੀ ਯੂਨੀਵਰਸਿਟੀ ਸਟੇਟਸ 1992 ਤੋਂ ਬਾਅਦ ਆਇਆ ਉਹਨੂੰ ਮਾਡਰਨ ਯੂਨੀਵਰਸਿਟੀ ਕਿਹਾ ਜਾਂਦਾ ਉਸ ਤੋਂ ਪਹਿਲਾਂ ਵਾਲੀ ਸਾਰੀ ਯੂਨੀਵਰਸਿਟੀਆਂ ਟਰੈਡੀਸ਼ਨਲ ਯੂਨੀਵਰਸਿਟੀਆਂ ਆ ਰੈਡ ਬ੍ਰਿਕ ਯੂਨੀਵਰਸਿਟੀ ਦਾ ਹੀ ਨਾਮ ਲੈ ਕੇ ਚੱਲਦਾ ਸੀ ਹੁਣ ਜਿਹੜਾ ਟਰਮ ਸਕਾਲਰਸ਼ਿਪ ਹੈ ਉਹ ਅਗੇਨ ਡਿਫਰੈਂਸ਼ੀਏਟ ਹੁੰਦਾ ਹੈ ਦੋ ਅਲੱਗ-ਅਲੱਗ ਡੈਫੀਨੇਸ਼ਨਸ ਦੇ ਵਿੱਚ ਜਿਹੜੀ ਸਕਾਲਰਸ਼ਿਪ ਟਰੈਡੀਸ਼ਨਲ ਯੂਨੀਵਰਸਿਟੀਆਂ ਦਿੰਦੀਆਂ ਨੇ ਰੈਡ ਬ੍ਰਿਕ ਯੂਨੀਵਰਸਿਟੀਆਂ ਦਿੰਦੀ ਹੈ ਉਹ ਦਿੰਦੀਆਂ ਪਿਓਰਲੀ ਤੁਹਾਡੇ ਅਕੈਡੈਮਿਕਸ ਦੇ ਉੱਤੇ ਤੁਸੀਂ ਪੜ੍ਹਾਈ ਦੇ ਨਾਲ-ਨਾਲ ਕਿੰਨਾ ਕੁਝ ਕੀਤਾ ਹੈਗਾ ਇਹ ਉਹਨਾਂ ਫੈਕਟਰਸ ਦੇ ਉੱਤੇ ਜਾਂਦਾ ਹੈ ਤੇ ਇਹ ਫਿਗਰ 50% ਆਫ ਟਿਊਸ਼ਨ ਫੀਸ ਤੱਕ ਵੀ ਜਾਂਦੀ ਹੈ ਜੇ ਤੁਹਾਡੀ ਫੀਸ 20000 ਪਾਉਂਡ ਹੈਗੀ ਹੈ ਬਟ ਤੁਹਾਡਾ ਸਕਾਲਰਸ਼ਿਪ ਲੱਗ ਗਿਆ ਇਹਨਾਂ ਯੂਨੀਵਰਸਿਟੀਆਂ ਦੇ ਵਿੱਚ ਤੁਹਾਡਾ ਫੀਸ ਜਿਹੜਾ ਹੈ ਸਿਰਫ ਔਰ ਸਿਰਫ 10000 ਪਾਉਂਡ ਤੱਕ ਰਹਿ ਜਾਂਦਾ ਹੈ ਵੇਰ ਐਸ ਮਾਡਰਨ ਯੂਨੀਵਰਸਿਟੀ ਨੇ ਡੈਫੀਨੇਸ਼ਨ ਜਿਹੜੀ ਸਕਾਲਰਸ਼ਿਪ ਦੇ ਲਿੱਤੀ ਹੈ ਉਹਨੂੰ ਡਿਸਕਾਊਂਟ ਕਹਿ ਸਕਦੇ ਹੋ ਉਹਨੂੰ ਬਰਸਰੀ ਕਹਿ ਸਕਦੇ ਹੋ ਉਹਨੂੰ अर्ਲੀ ਬਰਡ ਦਾ ਨਾਮ ਵੀ ਦੇ ਸਕਦੇ ਹੋ ਥੈਟ ਮੀਨ ਤੁਸੀਂ ਜਦ ਇਹਨਾਂ ਦੇ ਆਫਰ ਲੈਟਰ ਪੜ੍ਹੋਗੇ ਉੱਥੇ ਲਿਖਿਆ ਆਉਂਦਾ ਜੇ ਤੁਸੀਂ ਆਪਣੀ ਫੀਸ ਫਲਾਨੀ ਡੇਟ ਤੋਂ ਪਹਿਲਾਂ ਜਮ੍ਹਾਂ ਕਰਾਤੀ ਤੁਹਾਨੂੰ 1500 ਪਾਉਂਡ ਸਕਾਲਰਸ਼ਿਪ ਮਿਲੀ ਜਾਏਗੀ ਪਰ ਹਾਲਾਂਕਿ ਇਹ ਸਕਾਲਰਸ਼ਿਪ ਨਾ ਹੋ ਕੇ ਡਿਸਕ ਤਾਂ ਇਹ ਫਿਗਰ ਜਿਹੜੀ ਆਪਾਂ ਜੇ ਕੁਐਸਚਨ ਦਾ ਆਨਸਰ ਐਵੇਂ ਦਵਾ ਫਿਗਰ 1500 ਪਾਉਂਡ ਤੋਂ ਲੈ ਕੇ 10000 ਪਾਉਂਡ ਤੱਕ ਵੈਰੀ ਕਰਦੀ ਹੈ ਡਿਪੈਂਡਿੰਗ ਕਿਹੜੀ ਯੂਨੀਵਰਸਿਟੀ ਜਾਂਦੇ ਹੋ ਐਂਡ ਡਿਪੈਂਡਿੰਗ ਤੁਹਾਡੇ ਫਾਈਲ ਦੇ ਸਰਕਮਸਟੈਂਸਸ ਤੁਹਾਡੀ ਪ੍ਰੋਫਾਈਲਿੰਗ ਤੁਹਾਡਾ ਵਰਕ ਐਕਸਪੀਰੀਅੰਸ ਕਿੰਨਾ ਚੰਗੀ ਤਰ੍ਹਾਂ ਪ੍ਰੈਜ਼ੈਂਟ ਕੀਤਾ ਜਾਂਦਾ ਯੂਨੀਵਰਸਿਟੀ ਨੂੰ ਉਹ ਚਾਹੇ ਇੰਟਰਵਿਊ ਹੋਵੇ ਚਾਹੇ ਐਸਓਪੀ ਹੋਵੇ ਇਹ ਦੋਨੋਂ ਫੈਕਟਰਸ ਕਰਕੇ ਤੁਹਾਡਾ ਸਕਾਲਰਸ਼ਿਪ ਅਮਾਉਂਟ ਡਿਸਾਈਡ ਹੁੰਦਾ ਪਲੱਸ ਯੂਨੀਵਰਸਿਟੀ ਕਿ ਉਹ ਰੈਡ ਬ੍ਰਿਕ ਹੈਗੀ ਹੈ ਜਾਂ ਮਾਡਰਨ ਯੂਨੀਵਰਸਿਟੀ ਹੈਗੀ ਹੈ ਤਾਂ ਸਕਾਲਰਸ਼ਿਪ ਅੱਜ ਦੀ ਡੇਟ ਦੇ ਵਿੱਚ ਹਰੇਕ ਯੂਨੀਵਰਸਿਟੀ ਦਾ ਬੈਕਬੋਨ ਔਰ ਸੈਲਿੰਗ ਪੁਆਇੰਟ ਬਣ ਗਿਆ ਜਿਸ ਦਾ ਕਿ ਫਾਇਦਾ ਸਟੂਡੈਂਟ ਨੂੰ ਡੈਫੀਨਿਟਲੀ ਮਿਲਦਾ ਬਟ ਸਟੂਡੈਂਟ ਨੇ ਆਪਣਾ ਆਫਰ ਲੈਟਰ ਐਂਡ ਡੈਡਲਾਈਨ ਟੂ ਐਕਸੈਪਟ ਦਾ ਆਫਰ ਚੰਗੀ ਤਰ੍ਹਾਂ ਪੜ੍ਹਨੇ ਹੁੰਦੇ ਨੇ ਦੇਖੋ ਇਹ ਉਹ ਡੇਟਸ ਨੇ ਜਿੱਥੇ ਬੀਇੰਗ ਐਨ ਏਜੰਟ ਕੋਈ ਇਹਨੂੰ ਦੇਖਦਾ ਨਹੀਂ ਹੈਗਾ ਕਿਉਂਕਿ ਏਜੰਟ ਦਾ ਦਿਮਾਗ ਹੈ ਏਜੰਟ ਦਾ ਪ੍ਰੋਸੈਸ ਕਿਵੇਂ ਚੱਲਦਾ ਹੈ ਤੁਹਾਡਾ ਆਫਰ ਲੈਟਰ ਆ ਗਿਆ ਫਟਾਫਟ ਫੰਡ ਕਰਾਓ ਜੀ ਫਟਾਫਟ ਆਪਣੀ ਇੰਟਰਵਿਊ ਦੀ ਤਿਆਰੀ ਕਰੋ ਇੰਟਰਵਿਊ ਤੇ ਸਾਰਾ ਫੋਕਸ ਆ ਗਿਆ ਜਿਵੇਂ ਇੰਟਰਵਿਊ ਕਲੀਅਰ ਹੋਈ ਰਫਲੀ ਕੈਲਕੂਲੇਸ਼ਨ ਹੈ ਫੀਸ ਦਾ ਅੱਧਾ ਜਾਣਾ ਹੈ ਫੀਸ ਦਾ 70% ਜਾਣਾ ਹੈ ਇਹ ਤੁਸੀਂ ਯੂਨੀਵਰਸਿਟੀ ਨੂੰ ਤੋਰ ਦਿੰਨੇ ਹੋ ਸਕਾਲਰਸ਼ਿਪ ਤੇ ਕੋਈ ਬੰਦਾ ਜ਼ੋਰ ਪਾਉਂਦਾ ਹੀ ਨਹੀਂ ਕਿਉਂਕਿ ਪ੍ਰੋਸੈਸ ਤੇ ਹੀ ਸਾਰਾ ਜ਼ੋਰ ਹੈ ਏਜੰਟ ਦਾ ਮੈਂ ਬੱਚਾ ਨਾ ਕਿਤੇ ਗਵਾ ਲਵਾਂ ਤੇ ਬੱਚਾ ਗਵਾਨ ਦੇ ਚੱਕਰ ਚ ਨੂੰ ਫਟਾਫਟ ਇੰਟਰਵਿਊ ਅਪੀਅਰ ਕਰਾ ਕੇ ਫੀਸ ਪਰਵਾਵਾ ਥੈਟ ਇਸ ਦਾ ਮੇਨ ਸਟੈਪ ਹੁਣ ਉਹਦੇ ਵਿੱਚ ਸਟੂਡੈਂਟ ਨੂੰ ਆਪਣੀ ਰਿਸਪੌਂਸਿਬਿਲਟੀ ਲੈਣੀ ਪੈਗੀ ਆਪਣਾ ਆਫਰ ਲੈਟਰ ਪੜਨ ਦੀ ਤੁਹਾਨੂੰ ਯਾਦ ਹੋਵੇਗਾ ਪਿਛਲੇ ਇੰਟਰਵਿਊਜ਼ ਦੇ ਵਿੱਚ ਮੈਂ ਇਹੀ ਕਿਹਾ ਸੀ ਇੰਟਰਵਿਊ ਨੂੰ ਤੁਸੀਂ ਤਿੰਨ ਹਿੱਸਿਆਂ 'ਚ ਵੰਡ ਸਕਦੇ ਹੋ ਟਾਸਕ 1 ਟਾਸਕ 2 ਐਂਡ ਟਾਸਕ 3 نو ਯਰ ਪ੍ਰੋਫਾਈਲ نو ਯਰ ਯੂਨੀਵਰਸਿਟੀ ਐਂਡ نو ਯਰ ਆਰਵਾਈ ਬੇਸਿਕਲੀ ਤੁਸੀਂ ਕਿਵੇਂ ਇਹ ਤਿੰਨਾਂ ਚੀਜ਼ਾਂ ਨੂੰ ਕੋਲੀਕਟ ਕਰਕੇ ਆਪਣੀ ਇੰਟਰਵਿਊ ਦੀ ਤਿਆਰੀ ਕਰਦੇ ਹੋ ਤੇ ਉਹ ਟਾਸਕ 1 ਦਾ ਹਿੱਸਾ ਹੀ ਹੈਗਾ ਥੈਟ ਤੁਸੀਂ ਜਿਹੜਾ ਆਪਣਾ ਆਫਰ ਲੈਟਰ ਹੈ ਉਹਨੂੰ ਚੰਗੀ ਤਰ੍ਹਾਂ ਪੜ੍ਹਨਾ ਫਰਮ ਆਫਰ ਸਟਾਰਟ ਡੇਟ ਟੂ ਰਿਫੰਡ ਪਾਲਿਸੀ ਸਾਰੇ ਦਾ ਸਾਰਾ ਉੱਥੇ ਤੁਹਾਨੂੰ ਸਕਾਲਰਸ਼ਿਪ ਅਮਾਉਂਟ ਬੜੀ ਕਲੀਅਰਲੀ ਮੈਂਸ਼ਨਡ ਹੁੰਦੀ ਹੈ ਚਾਹੇ ਪਰਸੈਂਟੇਜ ਦੇ ਵਿੱਚ ਹੋਵੇ ਚਾਹੇ ਪਾਉਂਡਸ ਦੇ ਵਿੱਚ ਲਿਖੀ ਹੋਵੇ ਹੂੰ ਬਿਲਕੁਲ ਸੋ ਇਤੇ ਜ਼ਰੂਰ ਸਟੂਡੈਂਟਸ ਨੂੰ ਕਹਿਣਾ ਚਾਹਾਂਗੇ ਇਹਨਾਂ ਸਾਰੀਆਂ ਗੱਲਾਂ ਦਾ ਤੁਸੀਂ ਧਿਆਨ ਜ਼ਰੂਰ ਰੱਖਣਾ ਬਾਕੀ ਤੁਹਾਡਾ ਆਪਣਾ ਕੋਈ ਵੀ ਡਾਊਟ ਹੈ ਚਾਹੇ ਤੁਹਾਡੀ ਪ੍ਰੋਫਾਈਲ ਨੂੰ ਲੈ ਕੇ ਕੋਰਸ ਸਿਲੈਕਸ਼ਨ ਨੂੰ ਲੈ ਕੇ ਸਮਝ ਨਹੀਂ ਆ ਰਿਹਾ ਕਿਵੇਂ ਅੱਗੇ ਵਧਿਏ ਕਿਹੜੇ ਰਸਤੇ ਨੂੰ ਸਹੀ ਮੰਨੀਏ ਸੋ ਜ਼ਰੂਰ ਇਸ ਨੰਬਰ ਤੇ ਜਿਹੜਾ ਸੀ ਸਕਰੀਨ ਤੇ ਡਿਸਪਲੇ ਕੀਤਾ ਹੈ ਉਸ ਉਪਰ ਕਾਲ ਕਰ ਸਕਦੇ ਹੋ ESS ਗਲੋਬਲ ਦੀ ਟੀਮ ਦੇ ਨਾਲ ਟਾਈਮਲੀ ਕੰਟੈਕਟ ਕਰਕੇ ਆਪਣੇ ਡਾਕੂਮੈਂਟਸ ਦੀ ਅਸੈਸਮੈਂਟ ਕਰਵਾ ਕੇ ਸਹੀ ਰਸਤੇ ਤੇ ਤੁਰਦੇ ਹੋਏ ਤੁਸੀਂ ਆਪਣਾ ਸਟੱਡੀ ਵੀਜ਼ਾ ਦਾ ਇੱਕ ਦੀ ਗੱਲ ਕਰ ਲਈਏ ਤਾਂ ਕਾਫੀ ਰਾਸਤਾ ਦੇਖਣ ਨੂੰ ਮਿਲ ਰਿਹਾ ਹੈ ਰੂਲਸ ਚੇਂਜ ਹੋਣ ਦੇ ਰਿਊਮਰਸ ਵੀ ਬਹੁਤ ਸਾਰੇ ਨੇ ਵਿੱਚ ਥੋੜਾ ਮੁਸ਼ਕਿਲ ਲੱਗ ਰਿਹਾ ਹੈ ਕਿ ਸੈਪਟੈਂਬਰ ਇਨਟੇਕ ਥੋੜਾ ਔਖਾ ਜਾਏਗਾ ਸਟ੍ਰਿਕਟ ਜਾਏਗਾ ਅਗਰ ਹਾਂ ਤਾਂ ਕੀ ਰੀਜਨਸ ਇਸ ਦੇ ਪਿੱਛੇ ਲੱਗਦੇ ਆ ਦੇਖੋ ਮੰਨੋ ਇਹ ਯੂਕੇ ਦੇ ਵਿੱਚ ਸੈਪਟੈਂਬਰ ਇਨਟੇਕ ਔਖਾ ਨਹੀਂ ਲੱਗਦਾ ਬਟ ਬੇਸਿਕਲੀ ਕਿਉਂ ਕਿ ਬੀਇੰਗ ਐਨ ਕੰਸਲਟੈਂਟ ਅਸੀਂ ਆਪਣਾ ਦੋ ਇਨਟੇਕ ਦੀ ਤਿਆਰੀ ਕਰਕੇ ਚੱਲਦੇ ਹਾਂ ਫਿਰ ਚਾਹੇ ਉਹ ਮਾਰਕੀਟਿੰਗ ਹੋਵੇ ਜਾਂ ਕੈਲਕੂਲੇਸ਼ਨ ਆਫ ਫਾਈਨੈਂਸ਼ੀਅਲਸ ਹੋਣ ਸਾਨੂੰ ਇਹ ਲੱਗਦਾ ਯੂਕੇ ਹਜੇ ਦੋ ਇਨਟੇਕ ਕਢਾਏਗਾ ਅ ਆਏਗਾ ਤਾਂ ਉਸ ਕਰਕੇ ਹੀ ਬਦਲਾਵ ਆਣਗੇ ਜਿਹੜਾ ਕਿ ਫੈਕਟਰ ਰਹਿਣਗੇ ਇਸ ਸਾਲ ਜਾਣ ਵਾਲੇ ਬੱਚੇ ਜੇ ਇਸ ਸਾਲ ਜਾਣ ਵਾਲੇ ਬੱਚੇ ਉਥੇ ਸਹੀ ਤਰੀਕੇ ਨਾਲ ਜਾਂਦੇ ਰਹਿਣਗੇ ਪੜ੍ਹਦੇ ਰਹਿਣਗੇ ਤੇ ਕਨਵਰਜਨ ਵਾਲੇ ਪਾਸੇ ਘਟ ਜਾਣਗੇ ਉਹ ਸਟੂਡੈਂਟ ਵੀਜ਼ਾ ਤੋਂ ਟਾਇਰ 2 ਵਰਕ ਪਰਮਿਟ ਜਿਹੜਾ ਪਿਛਲੇ ਸਾਲ ਬਹੁਤ ਜ਼ਿਆਦਾ ਚੱਲਿਆ ਸੀਗਾ ਉਹ ਕਿਤਨਾ ਕੀਤੇ ਇੱਕ ਰੂਲ ਇੱਕ ਰੈਗੂਲੇਸ਼ਨ ਨੂੰ ਚੇਂਜ ਕਰਨ ਵਾਲੇ ਪਾਸੇ ਸੋਚਣ ਨੂੰ ਮਜਬੂਰ ਕਰੇਗਾ ਵੇਰ ਐਸ ਉਹਨਾਂ ਦੀ ਪਾਲਿਸੀ ਜਿਹੜੀ ਹੈਗੀ ਹੈ ਸਟੂਡੈਂਟ ਵੀਜ਼ਾ ਉੱਤਪਤ ਵਰਕ ਪਰਮਿਟ ਐਂਡ 70 ਪੁਆਇੰਟਸ ਕੈਲਕੂਲੇਸ਼ਨ ਤੁਹਾਡੇ ਪਰਮਨੈਂਟ ਰੈਜ਼ਿਡੈਂਸੀ ਵਾਸਤੇ ਤਾਂ ਸਪਟੈਂਬਰ ਇਨਟੇਕ ਲਈ ਜੇ ਤੁਸੀਂ ਜਾਣ ਦੀ ਸੋਚਦੇ ਪਏ ਹੋ ਸਭ ਤੋਂ ਪਹਿਲਾਂ ਤਾਂ ਆਪਣੀ ਪ੍ਰੋਫਾਈਲ ਨੂੰ ਚੰਗੀ ਤਰ੍ਹਾਂ ਐਕਸੈਪਟ ਕਰੋ ਉਹਦਾ ਮੈਂ ਕੀ ਕਹਿਣਾ ਚਾਹ ਰਿਹਾ ਹਾਂ ਤੁਹਾਡਾ ਗ੍ਰੈਜੂਏਸ਼ਨ 2011 12 ਦੇ ਵਿੱਚ ਹੈ ਟੈਕਨੀਕਲੀ ਤੁਸੀਂ ਸਟੂਡੈਂਟ ਨਹੀਂ ਹੈਗੇ ਹੋ ਕਿਉਂਕਿ ਤੁਸੀਂ ਉਸ ਤੋਂ ਬਾਅਦ ਗੈਪイヤー ਹੈ ਜਾਂ ਕੰਮ ਕੀਤਾ 8-10 ਸਾਲ ਅੱਜ ਸਡਨਲੀ ਉੱਠ ਕੇ ਆਨੇ ਹੋ ਚਲੋ ਆਪਾਂ ਯੂਕੇ ਚਲੀਏ ਹੁਣ ਜਰ ਇਹ ਜੀ ਪ੍ਰੋਫਾਈਲ ਜਾ ਸਕਦੀ ਹੈ 100% ਜਾ ਸਕਦੀ ਹੈ ਬਟ ਇਹ ਜੀ ਪ੍ਰੋਫਾਈਲ ਨੂੰ ਕੋਰਸ ਇਹ ਜਾ ਸਿਲੇਕਟ ਕਰਨਾ ਜਿਹੜਾ ਕਿ 10-12 ਸਾਲ ਦੇ ਐਕਸਪੀਰੀਅੰਸ ਨੂੰ ਵਾਧੇ ਦੀ ਤਰ੍ਹਾਂ ਯੂਜ਼ ਕੀਤਾ ਜਾਵੇ ਕੋਰਸ ਦੇ ਵਿੱਚ ਬਿਕੋਜ਼ ਇਹ ਕਾਲਜ ਔਰ ਯੂਨੀਵਰਸਿਟੀ ਔਰ ਹਾਈ ਕਮਿਸ਼ਨ ਐਟ ਸਰਟਨ ਪੁਆਇੰਟ ਆਫ ਟਾਈਮ ਜ਼ਰੂਰ ਸੋਚੇਗਾ ਵੀ ਇਹ ਪੜਾਈ ਇਹਨੂੰ ਕੀ ਦੇਏਗੀ ਜਿਹੜੀ ਇਹਨੇ 15 ਸਾਲ ਦੀ ਪੜਾਈ ਇੰਡੀਆ ਚ ਕੀਤੀ ਹੈ ਗ੍ਰੈਜੂਏਸ਼ਨ ਸਮੇਤ ਪਲੱਸ 10 12 ਸਾਲ ਦਾ ਜੌਬ ਕੀਤੀ ਹੈਗੀ ਹੈ ਇਹਨੂੰ ਦੁਆਰਾ ਕੁਝ ਸਿੱਖਣ ਨੂੰ ਚਾਹੀਦਾ ਹੈਗਾ ਤਾਂ ਉਹ ਕਨੈਕਸ਼ਨ ਜਿੱਦਣ ਬਣ ਗਿਆ ਤਾਂ ਇਹ ਐਡੀ ਵੱਡੇ ਗੈਪ ਵਾਲੀ ਪ੍ਰੋਫਾਈਲਾਂ ਵੀ ਯੂਕੇ ਜਾ ਸਕਦੀਆਂ ਨੇ ਵੇਰ ਐਸ ਫਰੈਸ਼ ਜਿਹੜਾ ਕਲਾਸ 12th ਪਾਸ ਆਊਟ ਹੈ ਅੱਜ 2021 ਪਾਸ ਆਊਟ ਵਾਲਾ ਬੱਚਾ ਯੂਕੇ ਸਪਟੈਂਬਰਸ ਅਪਲਾਈ ਕਰ ਸਕਦਾ ਜਿਵੇਂ ਸਪਟੈਂਬਰ ਇਨਟੇਕ ਨਿਕਲਿਆ 2021 ਨੂੰ ਕਾਟਾ ਵੱਜ ਜਾਣਾ ਤੇ 2022 ਪਾਸ ਆਊਟ ਵਾਲੇ ਬੱਚੇ ਯੂਕੇ ਜਾ ਸਕਣਗੇ 2024 ਤੱਕ ਯੂਕੇ ਯੂਨੀਵਰਸਿਟੀਆਂ ਆਰ ਗੈਟਿੰਗ ਵੈਰੀ ਪਪੂਲਰ ਕਿਉਂਕਿ ਕਿਤਨਾ ਕਿਤੇ ਇਹ ਟਾਪ 3 ਆਪਸ਼ਨਸ ਦੇ ਵਿੱਚ ਆਂਦਾ ਹੈ ਸਟੂਡੈਂਟਸ ਵਾਸਤੇ ਕੈਨੇਡਾ ਆਸਟ੍ਰੇਲੀਆ ਐਂਡ ਯੂਕੇ ਔਰ ਆਸਟ੍ਰੇਲੀਆ ਕੈਨੇਡਾ ਯੂਕੇ ਇਧਰ ਵੇ ਤਾਂ ਇਸ ਤਰ੍ਹਾਂ ਬੱਚਾ ਸੋਚਦਾ ਯੂਕੇ ਤਾਂ ਮੈਂ ਅਖੀਰ ਚ ਦੇਖਾਂਗਾ ਜਾਂ ਜੇ ਮੇਰਾ ਲੰਬਾ ਗੈਪ ਹੈ ਕੈਨੇਡਾ ਨੇ ਨਹੀਂ ਲੈਣਾ ਅ ਤੇ ਆਸਟ੍ਰੇਲੀਆ ਨੇ ਲਿੰਦਾ ਐਡਾ ਵੱਡਾ ਗੈਪ ਫਿਰ ਮੈਂ ਯੂਕੇ ਟਰਾਈ ਕਰਾਂਗਾ ਉਹ ਨੰਬਰ 1 ਆਪਸ਼ਨ ਬਣ ਜਾਂਦੀ ਹੈ ਬਟ ਅਗੇਨ ਉਹਨਾਂ ਵਾਸਤੇ ਵੀ ਤੁਹਾਡਾ ਪ੍ਰੋਸੈਸ ਤਾਂ ਹੀ ਲੈਂਦੀ ਹੋਏਗਾ ਤੁਹਾਡਾ ਪ੍ਰੋਸੈਸ ਤਾਂ ਹੀ ਤੁਹਾਡੇ ਪੇਸ਼ੈਂਸ ਲੈਵਲ ਤੋਂ ਬਾਹਰ ਹੋਏਗਾ ਜੇ ਤੁਸੀਂ ਇੱਕ ਉਮੀਦ ਰੱਖੋਗੇ ਮੈਂ ਜਾਣਾ ਇੱਥੇ ਹੈ ਇਹ ਤੋਂ ਸਵਾਕ ਕਿਤੇ ਨਹੀਂ ਜਾਣਾ ਸ਼ਹਿਰ ਦੀ ਗੱਲ ਕਰਦਾ ਪਿਆ ਮੈਂ ਇੱਥੇ ਤੇ ਤੁਸੀਂ ਆਪਣੀ ਆਪਸ਼ਨ ਪੂਰੇ ਯੂਕੇ ਚ ਰੱਖੋਗੇ ਜਿੱਥੇ 160 ਯੂਨੀਵਰਸਿਟੀਆਂ ਦਾ ਜਾਲ ਹੈ ਪੂਰੇ ਯੂਕੇ ਦੇ ਵਿੱਚ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਅਲੱਗ-ਅਲੱਗ ਕਲੋਨੀਆਂ ਦੇ ਵਿੱਚ 160 ਯੂਨੀਵਰਸਿਟੀਆਂ ਬਸੀਆਂ ਹੋਈਆਂ ਪਰ ਜੇ ਤੁਸੀਂ ਸਭ ਛੱਡ ਕੇ ਇੱਕੋ ਸ਼ਹਿਰ ਨੂੰ ਆ ਜਾਓਗੇ ਬਰਮਿੰਗਮ ਹੋ ਗਿਆ ਲੈਸਟਰ ਹੋ ਗਿਆ ਜਿੱਥੇ ਯੂਨੀਵਰਸਿਟੀਆਂ ਹੀ ਚਾਰ ਆ ਤਾਂ ਤੁਸੀਂ 156 ਯੂਨੀਵਰਸਿਟੀਆਂ ਨੂੰ ਕਾਟਾ ਮਾਰਤਾ ਤੇ ਚਾਰ ਯੂਨੀਵਰਸਿਟੀ ਲਈ ਸਟਰਗਲ ਕਰੀ ਜਾਂਦੇ ਹੋ ਤੇ ਉਹ ਸਟਰਗਲ ਵਰਡ ਬਿਲਕੁਲ ਫਿੱਟ ਬੈਠੇਗਾ ਜਿੱਥੇ ਤੁਸੀਂ ਆਪਣਾ ਟਾਈਮ ਤੇ ਪੈਸਾ ਦੋਨੋਂ ਵੇਸ ਕਰੋਗੇ ਹਾਂ ਐਂਡ ਵਿੱਚ ਤੁਸੀਂ ਲਾਂਭਾ ਜ਼ਰੂਰ ਦੇ ਸਕਦੇ ਹੋ ਏਜੰਟ ਨੂੰ ਵੀ ਇਹਨੇ ਕੰਮ ਨਹੀਂ ਕਰਾਇਆ ਬਟ ਉਹ ਲਾਂਭਾ ਹੀ ਹੈ ਲਾਂਭੇ ਤੋਂ ਉੱਪਰ ਕੁਝ ਨਹੀਂ ਹੈ ਕਿਉਂਕਿ ਉਹਦੇ ਕੋਲ ਸ਼ਾਇਦ ਹੋ ਬਹੁਤ ਸਾਰੇ ਕੇਸਿਸ ਹੋਣਗੇ ਕੰਮ ਕਰਨ ਲਈ ਇਹ ਤੁਹਾਡੀ ਆਪਸ਼ਨ ਤੁਹਾਡੀ ਆਪਰਚੂਨਿਟੀ ਨੂੰ ਕਾਟਾ ਬਚੇਗਾ ਤਾਂ ਆਪਣਾ ਆਪਸ਼ਨ 160 ਯੂਨੀਵਰਸਿਟੀ ਲਈ ਓਪਨ ਰੱਖੋ ਯੂਕੇ ਹਾਜੇ ਵੀ ਤੁਹਾਡਾ ਜਿਹੜਾ ਡ੍ਰੀਮ ਕੰਟਰੀ ਹੈ ਪੂਰਾ ਕਰ ਸਕਦਾ ਹੈ ਤੁਹਾਡਾ ਡ੍ਰੀਮ ਵਿਜ਼ਨ ਆਪਣੇ ਪਰਿਵਾਰ ਦੇ ਨਾਲ ਜਾਂਦਾ ਆਪਣੇ ਸਪਾਊਸ ਦੇ ਨਾਲ ਜਾਂਦਾ ਬਿਲਕੁਲ ਤੇ ਸਰ ਜਿਵੇਂ ਆਪਾਂ ਯੂਕੇ ਦੀ ਜਦਵੀ ਗੱਲ ਕਰਦੇ ਆ ਬੜੀ ਸੇਫ ਕੰਟਰੀ ਗਿਣਿਆ ਜਾਂਦਾ ਹੁਣ ਤੱਕ ਕਿ ਬੜਾ ਈਜ਼ੀਲੀ ਜੋ ਹੈ ਬਹੁਤ ਵਧੀਆ ਸਕਸੈਸ ਰੇਟ ਇਥੇ ਦੇਖਣ ਨੂੰ ਮਿਲਦਾ ਪਰ ਜਿਵੇਂ ਜਿਵੇਂ ਹੁਣ ਕੁਝ ਖਬਰਾਂ ਆਂਦੀ ਹੈ ਕਿ ਸ਼ਾਇਦ ਸਪਾਊਸ ਵੀਜ਼ਾ ਨੂੰ ਲੈ ਕੇ ਕੁਝ ਰੂਲਸ ਸ਼ਾਇਦ ਚੇਂਜ ਹੋ ਜਾਣ ਤਾਂ ਸਟੂਡੈਂਟ ਵੀ ਜਿਹੜਾ ਹੈ ਅਪਲਾਈ ਕਰਨ ਵਾਲੇ ਸੋਚਦਾ ਹੈ ਕਿ ਅਸੀਂ ਹੁਣ ਅਗਰ ਅਪਲਾਈ ਕਰਨਾ ਹੈ ਸਪਾਊਸ ਦੇ ਨਾਲ ਤਾਂ ਅਸੀਂ ਆਸਟ੍ਰੇਲੀਆ ਵੱਲ ਨੂੰ ਜਾਈਏ ਜਾਂ ਯੂਕੇ ਅਪਲਾਈ ਕਰੀਏ ਪਹਿਲਾਂ ਤਾਂ ਇਹ ਵੀ ਕਲੈਰਟੀ ਜ਼ਰੂਰ ਦੇਣਾ ਕਿ ਸਪਟੈਂਬਰ ਇਨਟੇਕ ਤ ਹੋ ਸਕਦੇ ਨਹੀਂ ਜਾਂ ਫਿਰ ਇਸੇ ਤਰੀਕੇ ਨਾਲ ਹੀ ਅਪਲਾਈ ਹੋ ਸਕਦਾ ਹੈ ਦੇਖੋ ਮਾਈ ਕੈਲਕੂਲੇਸ਼ਨ ਸੇਜ਼ ਜਨੂਅਰੀ ਤੱਕ ਕੋਈ ਰੂਲ ਚੇਂਜ ਨਹੀਂ ਹੋਏਗਾ ਅਕਟੋਬਰ ਇੱਕ ਮਹੀਨਾ ਰਹਿ ਗਿਆ April ਦੇ ਵਿੱਚ ਰੂਲ ਚੇਂਜ ਹੁੰਦਾ ਹੈ ਉੱਥੇ ਕੋਈ ਨਿਊਜ਼ ਨਹੀਂ ਆਈ ਹੁਣ ਅਕਟੋਬਰ ਦੇ ਵਿੱਚ ਜਿਹੜਾ ਸੈਕੰਡ ਇਹਨਾਂ ਦਾ ਅਨਾਉਂਸਮੈਂਟ ਆਂਦਾ ਇਫ ਐਨੀ ਚੇਂजेस ਆਰ ਹੈਪਨਿੰਗ ਉਦੋਂ ਕੁਝ ਆਵੇ ਤਾਂ ਆਵੇ ਬਟ ਹਾਊਏਵਰ ਤੁਸੀਂ ਇਹ ਗੱਲਾਂ ਦੇ ਬੇਸ ਦੇ ਉੱਤੇ ਆਪਣਾ ਡਿਸੀਜਨ ਬਿਲਕੁਲ ਨਹੀਂ ਬਣਾਉਂਗੇ ਲਾ ਉਦੋਂ ਤੱਕ ਹੈ ਜਦ ਤੱਕ ਲਿਖਤੀ ਚੰਦਾ ਉਸ ਤੋਂ ਪਹਿਲਾਂ ਗੱਲਾਂបਾਤਾਂ ਹੁੰਦੀਆਂ ਹੁਣ ਇਹ ਮੰਨ ਕੇ ਚੱਲੋ ਤੁਸੀਂ ਯੂਕੇ ਦੀ ਫੀਸ ਭਰ ਚੁੱਕੇ ਹੋ ਤੁਹਾਡਾ ਕੈਸ ਆਉਣ ਵਾਲਾ ਹੈ ਜਾਂ ਤੁਹਾਡੀ ਫਾਈਲ ਐਮਬੈਸੀ ਚ ਲੱਗੀ ਹੈ ਉਸ ਟਾਈਮ ਕਾਨੂੰਨ ਚੇਂਜ ਹੋ ਗਿਆ ਫਿਰ ਵੀ ਤੁਹਾਡਾ ਕਨਫਿਊਜ਼ਨ ਰਹੇਗਾ ਵੀ ਪਤਾ ਨਹੀਂ ਸਪਾਊਸ ਦਾ ਵੀਜ਼ਾ ਆਏਗਾ ਜਾਂ ਨਹੀਂ ਆਏਗਾ ਕਿਉਂਕਿ ਕਾਨੂੰਨ ਬਣ ਗਿਆ ਹੈਗਾ ਤਾਂ ਇਹ ਉਦੋਂ ਤੱਕ ਹੈ ਜਦ ਤੱਕ ਉੱਥੇ ਸਿਗਨੇਚਰ ਨਹੀਂ ਹੋ ਜਾਂਦੇ ਕਾਨੂੰਨ ਦੇ ਬਿਲ ਪਾਸ ਨਹੀਂ ਹੋ ਜਾਂਦਾ ਤੇ ਯੂਕੇ ਵੀਆਈ ਉਹਨੂੰ ਪਬਲਿਸ਼ ਨਹੀਂ ਕਰ ਦਿੰਦਾ ਆਪਣੇ ਵੈਬਸਾਈਟ ਦੇ ਉੱਤੇ ਉਹਦੇ ਨਾਲ ਤੁਹਾਡੇ ਡਿਸੀਜਨ ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ ਇਹਦਾ ਸਿੰਪਲ ਜਿਹਾ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਾ ਤੁਸੀਂ ਅੱਜ ਕੁਝ ਸੋਚ ਕੇ ਯੂਕੇ ਜਾਣੇ ਪਏ ਹੋ ਇੱਕ ਮੰਜ਼ਿਲ ਸੋਚ ਕੇ ਯੂਕੇ ਜਾਣੇ ਪਏ ਉਹ ਵੀ ਚਲੋ ਪੜਨਾ ਤਾਂ ਇੱਕ ਜ਼ਰੀਆ ਹੈ ਪਰ ਮੰਜ਼ਿਲ ਮੇਰੀ ਕਿਤੇ ਹੋਰ ਹੈ ਉਹਨੂੰ ਮੰਜ਼ਿਲ ਤੱਕ ਪਹੁੰਚਦੇ ਪਹੁੰਚਦੇ 6 ਵਾਰ ਕਟੋਕਟ ਰੂਲ ਚੇਂਜ ਹੋਣੇ ਆ 3 ਸਾਲਾਂ ਬਾਅਦ ਤੁਹਾਡੀ ਪੀਆਰ ਦੀ ਵਾਰੀ ਆਣੀ ਹੈ ਤੇ ਸਾਲ 'ਚ 2 ਵਾਰ ਰੈਗੂਲੇਸ਼ਨ ਚੇਂਜ ਹੁੰਦਾ ਕਿਸੇ ਵੀ ਕੈਟਾਗਰੀ ਦਾ ਜੇ ਹੁੰਦਾ ਤਾਂ 6 ਜਿਹੜੀਆਂ ਡੈਡਲਾਈਨਾਂ ਤੁਸੀਂ ਕਰਾਸ ਕਰਕੇ ਆਪਣੀ ਮੰਜ਼ਿਲ ਤੇ ਪਹੁੰਚੋਗੇ ਇਹ ਕਿਤੇ ਨਹੀਂ ਲਿਖਿਆ ਉਹ 6 ਰੈਗੂਲੇਸ਼ਨ ਚੇਂਜ ਦੇ ਵਿੱਚ ਤੁਹਾਡਾ ਰੈਗੂਲੇਸ਼ਨ ਚੇਂਜ ਨਹੀਂ ਹੋਏਗਾ ਬਟ ਇਹ ਉਦੋਂ ਹੋਏਗਾ ਜੇ ਤੁਸੀਂ ਗੋਲ ਤੋਂ ਪਟਕਦੇ ਫਿਰੋਗੇ ਵੈਨ ਯੂਰ ਗੋਲ ਇਜ਼ ਕਲੀਅਰ ਇਹ ਮੈਂ ਕਰਕੇ ਜੌਬ ਲੈਣੀ ਹੈ 25600 ਦੀ ਜੌਬ ਲੈਣੀ ਐਂਡ ਦੈਨ ਮਾਈ ਪੀ ਆਰ ਇਜ਼ ਕਲੀਅਰ ਤਾਂ ਤੁਹਾਡਾ ਸਟੂਡੈਂਟ ਵੀਜ਼ੇ ਲੈ ਕੇ ਸਭ ਤੋਂ ਪਹਿਲਾਂ ਸਟ्रेस ਹੋਏਗਾ ਸਭ ਤੋਂ ਪਹਿਲਾਂ ਗੋਲ ਹੋਏਗਾ ਆਪਣੇ ਸਟੂਡੈਂਟ ਵੀਜ਼ੇ ਦੀ ਸ਼ਰਤਾਂ ਨੂੰ ਮੰਨ ਕੇ ਡਿਗਰੀ ਚ ਪਾਸ ਹੋਣਾ ਜਿਹੜਾ ਉੱਥੇ ਡਿਸਰਟੇਸ਼ਨ ਹੈ ਉਹਨੂੰ ਚੰਗੀ ਤਰ੍ਹਾਂ ਯੂਜ਼ ਕਰਨਾ ਫਿਰ ਵਰਕ ਪਰਮਿਟ ਤੇ ਜਾ ਕੇ ਸਾਰਾ ਐਫਰਟ ਹੋਏਗਾ 25600 ਦੀ ਨੌਕਰੀ ਤੇ 25600 ਦੀ ਨੌਕਰੀ ਆ ਗਈ ਤੁਹਾਡੀ ਪੀ ਆਰ ਹੋਣੀ ਤੈਅ ਹੈ ਚਾਹ ਇੱਕ ਸਾਲ ਬਾਅਦ ਜਾਂ ਇੱਕ ਸਾਲ ਪਹਿਲਾਂ ਡਸ ਨਾਟ ਮੈਟਰ ਕਿਉਂਕਿ ਤੁਸੀਂ ਉਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ ਨੂੰ ਸਾਰਿਆਂ ਦੀ ਪਾਲਣਾ ਕੀਤੀ ਹੈ ਯੂਕੇ ਆਸਟ੍ਰੇਲੀਆ ਕੈਨੇਡਾ ਇਤਿਹਾਸ ਚੱਕ ਕੇ ਦੇਖ ਲਵੋ ਜਿਹੜਾ ਜਿਹੜਾ ਬੱਚਾ ਰੂਲ ਦੇ ਨਾਲ ਗਿਆ ਉਹਨਾਂ ਨੂੰ ਸਭ ਨੂੰ ਮੰਜ਼ਿਲ ਮਿਲੀ ਹੈ ਜਿਹੜਾ ਰੂਲ ਦੇ ਅਗੇਂਸਟ ਗਿਆ ਉਹ ਭਟਕੇ ਨੇ ਤੇ ਉਹ ਭਟਕਾਹਟ ਉਹਨਾਂ ਦੀ 10-10 ਸਾਲ ਚੱਲਦੀ ਰਹੀ ਹੈ ਪੱਕੇ ਹੋਣ ਤੋਂ ਪਹਿਲਾਂ ਉਹਨਾਂ ਨੇ ਸ਼ਾਰਟਕਟ ਦਿੱਤੇ ਹੋਏ ਆਪਾਂ ਨੂੰ ਆਹ ਕਰਕੇ ਇਸ ਤਰ੍ਹਾਂ ਕਰਕੇ ਸੈਕੰਡ ਸਟੈਪ ਤੇ ਜਾਓ ਸੈਕੰਡ ਸਟੈਪ ਨੂੰ ਉਸੇ ਤਰੀਕੇ ਨਾਲ ਕਰੋ ਜੋ ਤੁਹਾਡਾ ਰੈਗੂਲੇਸ਼ਨ ਕਹਿੰਦਾ ਹੈਗਾ ਤੁਹਾਡਾ 25600 ਦਾ ਕ੍ਰਾਈਟੇਰੀਆ ਕਦੇ ਚੇਂਜ ਨਹੀਂ ਹੋਇਆ ਪਿਛਲੇ 5-7 ਸਾਲਾਂ ਤੋਂ ਉਵੇਂ ਹੀ ਹੈ ਤੁਹਾਡਾ ਪੜਾਈ ਕਰਕੇ ਪੋਸਟ ਸਟਡੀ ਵਰਕ ਵੀਜ਼ਾ ਉਵੇਂ ਹੀ ਚੱਲਦਾ ਪਿਆ ਹੈਗਾ ਪਿਛਲੇ 4-5 ਸਾਲਾਂ ਤੋਂ ਬੜਾ ਕਲੀਅਰਲੀ ਉਹਨਾਂ ਦਾ ਡਿਫਾਈਨ ਹੈ ਕਿਉਂਕਿ ਉਹਨਾਂ ਨਾਲ ਤਾਂ ਕੰਟਰੀ ਦੀ ਪਾਲਿਸੀ ਹੈ ਉਹ ਕਦੇ ਸੁੱਤੇ ਉੱਠ ਕੇ ਨਹੀਂ ਕਹਿਣਗੇ ਚਲੋ ਅੱਜ ਰੂਲ ਬਦਲ ਦਿੰਨੇ ਆ ਇਹੋ ਜਿਹਾ ਨਹੀਂ ਕਦੇ ਹੋਏਗਾ ਸਟੈਟਿਸਟਿਕਸ ਹੋਣਗੇ ਰਿਸਰਚ ਹੋਏਗੀ ਅਗਲੀ ਪਲੈਨਿੰਗ ਹੋਏਗੀ ਉਹਨਾਂ ਦੀ ਤੁਹਾਡੀ ਕੈਟਾਗਰੀ ਨੂੰ ਲੈ ਕੇ ਜੋ ਰੂਲ ਬਦਲਣ ਲਈ ਤੁਹਾਨੂੰ ਫੋਰਸ ਕਰੇਗੀ ਉਹਨਾਂ ਨੂੰ ਜਾਂ ਉਹਨ ਕੋਏਗੀ ਚਲੋ ਛੱਡੋ ਇਗਨੋਰ ਕਰੋ ਲੇਟ ਇਟ ਬੀ ਆਪਾਂ ਐਂ ਚੱਲਾਂਗੇ ਕਿਉਂਕਿ ਇਹ ਕ੍ਰਾਈਟੇਰੀਆ ਜਾਂ ਇਹ ਮੁੱਦਾ ਇੰਨਾ ਇੰਪੋਰਟੈਂਟ ਨਹੀਂ ਹੈਗਾ ਤਾਂ ਛੋਟਾ ਜਿਹਾ ਐਗਜ਼ਾਮਪਲ ਔਰ ਛੋਟਾ ਜਿਹਾ ਫੈਕਟ ਹੋਰ ਦੱਸਦਾ ਲਾਸਟ ਈਅਰ ਟਾਇਰ 2 ਦੇ ਵਿੱਚ ਬਹੁਤ ਸਾਰੇ ਬੱਚਿਆਂ ਨੇ ਵੀਜ਼ਾ ਕਨਵਰਟ ਕਰਾਏ ਉਹਨੇ ਕਨਾ ਕਾਰ ਦੇ ਵਿੱਚ ਮੈਂ ਬੜਾ ਇੱਕ ਐਗਜ਼ਾਮਪਲ ਦਿੰਦਾ ਸਟੂਡੈਂਟਸ ਨੂੰ ਤੁਹਾਡਾ ਇੱਕ ਲੋ ਬੀਮ ਦੀ ਲਾਈਟ ਹੁੰਦੀ ਹੈ ਇੱਕ ਹਾਈ ਬੀਮ ਦੀ ਲਾਈਟ ਹੁੰਦੀ ਹੈ ਜੇ ਤੁਸੀਂ ਲੋ ਬੀਮ ਦੇ ਵਿੱਚ ਗੱਡੀ ਚਲਾਉਂਗੇ ਉਹ ਸਿਰਫ ਤੁਹਾਨੂੰ ਗਲੀ ਤੇ ਹੀ ਵਧੀਆ ਜਿੱਥੇ ਛੋਟੇ ਛੋਟੇ ਗਲੀਆਂ ਨੇ ਪਰ ਜਿੱਥੇ ਹਾਈਵੇ ਹੈ ਤੁਹਾਡੀ ਕੋਸ਼ਿਸ਼ ਹੁੰਦੀ ਹੈ ਹਾਈ ਬੀਮ ਤੇ ਚਲਾਈ ਜਾਏ ਕਿਉਂਕਿ ਸਪੀਡ ਵੀ ਜ਼ਿਆਦਾ ਹੁੰਦੀ ਹੈ ਤੇ ਹਾਈ ਬੀਮ ਤੁਹਾਨੂੰ ਵਿਜ਼ਨ ਵੀ ਜ਼ਿਆਦਾ ਦਿਖਾਏਗੀ ਹੁਣ ਤੁਹਾਡਾ 1 ਸਾਲ 4 ਮਹੀਨੇ ਦਾ ਸਟੂਡੈਂਟ ਵੀਜ਼ਾ ਮਾਸਟਰਸ ਦਾ 3 ਸਾਲ 4 ਮਹੀਨੇ ਦਾ ਵੀਜ਼ਾ ਤੁਹਾਡੇ ਬੈਚਲਰ ਦਾ ਇਹ ਜੇ ਤੁਸੀਂ ਇਹਨੂੰ ਲੋ ਬੀਮ ਨਾਲ ਟ੍ਰੀਟ ਕਰੋਗੇ ਨਾ ਤਾਂ ਐਕਸੀਡੈਂਟ ਹੋਣਾ ਜਾਂ ਸਲੋ ਸਪੀਡ ਤੇ ਪਟਕਣਾ ਬਿਲਕੁਲ ਜਾਇਜ਼ ਹੈ ਇਹ ਹਾਈਵੇ ਹੈ ਲੰਬਾ हाई बीम दैट मींस दूर दी सोच अल्टीमेट डेस्टिनेशन साल बाद आना है ओ लेके चलोगे ता ਤੁਹਾਡਾ ਕਿਤੇ ਵੀ ਕ੍ਰੈਸ਼ ਆ ਕਿਤੇ ਵੀ ਸਪੀਡ ਕੱਟ ਨਹੀਂ ਹੋਏਗੀ ਅਦਰਵਾਈਜ਼ ਲੋ ਬੀਮ ਤੇ ਛੋਟੀ ਛੋਟੀ ਗਲੀਆਂ ਚ ਧੱਕੇ ਖਾਂਦੇ ਰਹੋਗੇ ਉਹ ਛੋਟੀ ਜੀ ਸੋਚ ਦੇ ਨਾਲ ਜਿੰਨਾ ਕੋ ਲੋ ਬੀਮ ਤੁਹਾਨੂੰ ਗੱਡੀਆਂ ਦੀ ਰੋਸ਼ਨੀ ਦਿੰਦੀ ਹੈਗੀ ਹੈ ਬਿਲਕੁਲ ਸੋ ਜ਼ਰੂਰ ਤੁਸੀਂ ਇਹਨਾਂ ਗੱਲਾਂ ਦਾ ਦੇਖੋ ਧਿਆਨ ਰੱਖਣਾ ਸੀ ਟਾਈਮਲੀ ਆਪਣੇ ਸ਼ੋ ਦੇ ਜ਼ਰੀਏ ਇੱਕ ਚੰਗੀ ਸਲਾਹ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਟੂਡੈਂਟਸ ਕਿਤੇ ਵੀ ਮਿਸ ਗਾਈਡ ਨਾ ਹੋ ਕੇ ਸਹੀ ਰਸਤੇ ਤੇ ਔਰ ਸਹੀ ਆਪਣੇ ਡਿਸੀਜਨ ਲੈ ਕੇ ਅੱਗੇ ਵਧਣ ਸੋ ਆਪਾਂ ਜਦੋਂ ਯੂਕੇ ਦੀ ਗੱਲ ਕਰਦੇ ਹਾਂ ਸਰ ਪੀਟੀ ਨੂੰ ਲੈ ਕੇ ਵੀ ਮੈਂ ਚਾਹੂੰਗੀ ਆਪਾਂ ਗਲੈਰੀ ਜ਼ਰੂਰ ਸਟੂਡੈਂਟਸ ਹੁੰਦੇ ਹੀ ਹੈ ਚਾਹੇ ਕਿ ਉਹ ਅੰਡਰ ਗ੍ਰੈਜੂਏਟਸ ਨੇ ਚਾਹੇ ਕਿ ਪੋਸਟ ਗ੍ਰੈਜੂਏਟ ਨੇ ਕਿੰਨੀ ਕੁ ਤਿਆਰੀ ਔਰ ਕਿੰਨਾ ਕੁ ਸਕੋਰ ਰਿਕੁਆਇਰਡ ਹੈ ਦੇਖੋ ਪੀਟੀ ਹੋ ਗਿਆ ਤੁਹਾਡਾ ਡੁਲਿੰਗੋ ਹੋ ਗਿਆ ਔਰ ਆਲਸ ਨਾਰਮਲ ਹੋ ਗਿਆ ਜਿਹੜਾ ਆਪਾਂ ਕਹਿੰਦੇ ਆ ਆਲਸ ਯੂਕੇ ਵੀਆਈ ਨਹੀਂ ਹੈ ਇਹ ਸਾਰੇ ਨਾਨ ਸੈਲਟ ਨੇ ਮਤਲਬ ਉਹਨਾਂ ਦੇ ਲਿਸਟਡ ਟੈਸਟਾਂ ਵਿੱਚੋਂ ਨਹੀਂ ਆਉਂਦੇ ਹਾਲਾਂਕਿ ਇਹਨੂੰ ਮਾਨਤਾ ਪੂਰੀ ਹੈ ਹੁਣ ਪੀਟੀ ਨੂੰ ਪੂਰੀ ਦੀ ਪੂਰੀ ਮਾਨਤਾ ਦਿੱਤੀ ਜਾਂਦੀ ਹੈ ਐਡਮਿਸ਼ਨ ਵਾਸਤੇ ਵੀ ਐਂਡ ਵੀਜ਼ਾ ਵਾਸਤੇ ਵੀ ਬਟ ਜਿਹੜਾ ਸਕੋਰ ਹੈਗਾ ਉਹ ਥੋੜਾ ਹਾਈ ਰਹਿੰਦਾ ਹੈ ਉਥੇ ਬ੍ਰੈਕਟ ਨਹੀਂ ਆਉਂਦਾ ਫਾਰ ਇਗਜ਼ਾਮਪਲ ਜੇ ਤੁਸੀਂ ਪੋਸਟ ਗ੍ਰੈਜੂਏਸ਼ਨ ਵਾਸਤੇ ਜਾਣਾ ਹੈ ਤੁਹਾਡਾ ਸਕੋਰ 59 ਪੀਟੀ ਦਾ ਹੋਣਾ ਚਾਹੀਦਾ ਵਿਦ ਨਾਟ ਲੈਸ ਦਨ 59 ਇਹ ਉਹ 6.5 ਜਾਂ 6 ਦੇ ਬਰਾਬਰ ਗਿਣ ਕੇ ਚੱਲਦੇ ਨੇ ਉਸੇ ਤਰੀਕੇ ਨਾਲ ਡੁਲਿੰਗੋ ਹੈਗਾ ਹਜੇ ਵੀ ਕੁਝ ਚੁਣਿੰਦਾ ਯੂਨੀਵਰਸਿਟੀ ਐਂਡ ਡੁਲਿੰਗੋ ਨੂੰ ਐਕਸੈਪਟ ਕਰਦੀਆਂ ਨੇ ਆਪਣੇ ਐਂਟਰੀ ਕ੍ਰਾਈਟੇਰੀਆ ਦੇ ਵਿੱਚ ਉਹਦਾ ਟੈਸਟ ਪੀਜੀ ਵਾਸਤੇ 115 ਨਾਟ ਲੈਸ ਦਨ 100 ਔਰ ਯੂਜੀ ਵਾਸਤੇ 100 ਨਾਟ ਲੈਸ ਦੈਨ 95 ਆ ਉਹਨਾਂ ਦਾ ਕ੍ਰਾਈਟੇਰੀਆ ਰਹਿੰਦਾ ਬਟ ਅਗੇਨ ਜੇ ਤੁਸੀਂ ਡੁਲਿੰਗੋ ਵਾਲੇ ਪਾਸੇ ਜਾਓਗੇ ਆਪਣੀ ਆਪਸ਼ਨਸ ਓਪਨ ਕਰੋਗੇ ਕਿਉਂਕਿ ਇਹ ਟੈਸਟ ਹਰ ਕੋਈ ਯੂਨੀਵਰਸਿਟੀ ਨੂੰ ਨਹੀਂ ਮੰਨ ਕੇ ਚੱਲਦੀ ਵੀ ਇਹ ਟੈਸਟ ਸਾਡੇ ਇੰਗਲਿਸ਼ ਦੇ B2 ਲੈਵਲ ਦੇ ਬਰਾਬਰ ਆਂਦਾ ਹੈ ਤਾਂ ਆਪਣੀ ਆਪਸ਼ਨਸ 160 ਯੂਨੀਵਰਸਿਟੀਆਂ ਚੋਂ ਉਹ ਮੁੱਠੀ ਭਰ ਯੂਨੀਵਰਸਿਟੀਆਂ ਲਾਉਂਗੇ ਜੋ ਕਿ ਤੁਹਾਡੇ ਡੁਲਿੰਗੋ ਨੂੰ ਐਕਸੈਪਟ ਕਰਦੀਆਂ ਨੇ ਦੈਟ ਮੀਨ ਬੈਗਰਸ ਕੈਨ ਨਾਟ ਬੀ ਚੂਜ਼ਰਸ ਜੀ ਤਾਂ ਜਿਹੜੀ ਯੂਨੀਵਰਸਿਟੀ ਤੁਹਾਨੂੰ ਐਕਸੈਪਟ ਕਰੇਗੀ ਉੱਥੇ ਹੀ ਜਾਣਾ ਪਾਏਗਾ ਵਿਦ ਡੁਲਿੰਗੋ ਆਦਰਵਾਇਜ਼ ਡੁਲਿੰਗੋ ਹੋ ਗਿਆ ਪੀਟੀ ਹੋ ਗਿਆ ਆਇਲਸ ਹੋ ਗਿਆ ਔਰ ਟੋਫਲ ਹੋ ਗਿਆ ਐਵਰੀ ਯੂਨੀਵਰਸਿਟੀ ਐਕਸੈਪਟਸ ਦੇ ਹਾਈ ਕਮਿਸ਼ਨ ਯੂਨੀਵਰਸਿਟੀ ਦੇ ਡਿਸੀਜਨ ਨੂੰ ਸਿਰ ਮੱਥੇ ਤੇ ਲਾਂਦੀ ਹੈ ਜੇ ਉਹ B2 ਲੈਵਲ ਹੈਗਾ ਤਾਂ ਜੀ ਬਿਲਕੁਲ ਪਰ ਥੋੜਾ ਜਿਹਾ ਜਿਵੇਂ ਹੁਣ ਆਪਾਂ ਫਰੈਸ਼ ਸਟੂਡੈਂਟਸ ਦੀ ਗੱਲ ਕਰ ਲਈਏ ਪਲੱਸ 2 ਤੋਂ ਬਾਅਦ ਹੁਣ ਜਿਵੇਂ ਤਿਆਰੀ ਕਰ ਰਹੇ ਨੇ ਆਇਲਸ ਕਰਨਾ ਹੈ ਪੀਟੀ ਕਰਨਾ ਹੈ ਤਾਂ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਆਇਲਸ ਵੱਲ ਹੀ ਫੋਕਸ ਕੀਤਾ ਜਾਏ ਦੇਖੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਤਿੰਨੋਂ ਕੰਟਰੀਜ਼ ਦੀ ਆਪਸ਼ਨ ਓਪਨ ਹੈ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਜਾਣਾ ਚਾਹੁੰਦੇ ਹੋ ਔਰ ਯੂਕੇ ਜਾਣਾ ਚਾਹੁੰਦੇ ਹੋ ਆਸ ਦੀ ਮਾਨਤਾ ਹਰ ਪਾਸੇ ਹੈਗੀ ਹੈ ਡਿਪੈਂਡਿੰਗ ਸਕੋਰ ਤੁਹਾਡਾ ਕਿੰਨਾ ਆਉਂਦਾ ਹੈ ਜੇ ਤੁਸੀਂ ਪੀਟੀ ਲੈਣੇ ਹੋ ਮੇਰੀ ਸਟਰੋਂਗ ਸੁਜੈਸ਼ਨ ਰਹੇਗੀ ਕੈਨੇਡਾ ਨੂੰ ਲਿਸਟ ਤੋਂ ਬਾਹਰ ਕੱਢੋਗੇ ਕਿਉਂਕਿ ਪੀਟੀ ਦਾ ਸਕਸੈਸ ਰੇਟ ਕੈਨੇਡਾ ਚ ਨਾ ਬਰਾਬਰ ਹੀ ਹੈਗਾ ਦਨ ਤੋਂ ਅਡੀ অপਸ਼ਨ ਰਹਿ ਜਾਏਗੀ ਆਸਟ੍ਰੇਲੀਆ ਐਂਡ ਯੂਕੇ ਤਾਂ ਯੂ ਸ਼ੁਡ ਬੀ ਕਲੀਅਰ ਜਦਨ ਤੁਸੀਂ ਪੀਟੀ ਆਪਣੀ ਟ੍ਰੇਨਿੰਗ ਦੀ ਰਸੀਟ ਲਿੱਤੀ ਜਾਂ ਟੈਸਟ ਦਿੱਤਾ ਵੀ ਕੈਨੇਡਾ ਨਹੀਂ ਕਰਨਾ ਮੈਂ ਆਸਟ੍ਰੇਲੀਆ ਤੇ ਯੂਕੇ ਹੀ ਕਰਨਾ ਹੈਗਾ ਐਂਡ ਕੀ ਮੈਂ ਆਸਟ੍ਰੇਲੀਆ ਦੇ ਜੀਟੀ ਕ੍ਰਾਈਟੇਰੀਆ ਨੂੰ ਮੀਟ ਕਰ ਸਕਦਾ ਔਰ ਨਹੀਂ ਕਰ ਸਕਦਾ ਦੇਖੋ ਯੂਕੇ ਤੇ ਆਸਟ੍ਰੇਲੀਆ ਵਿੱਚ ਨਾ ਕਈ ਵਾਰ ਕਨਫਿਊਜ਼ਨ ਆਂਦਾ ਹੈ ਸਿੰਗਲ ਕੇਸਸ ਦਾ ਸਪਾਊਸ ਕੇਸਸ ਦਾ ਵੀ ਅਸੀਂ ਕੰਟਰੀ ਕਿਹੜਾ ਚੂਜ਼ ਕਰੀਏ ਸਿੰਪਲ ਕ੍ਰਾਈਟੇਰੀਆ ਉਹਦਾ ਤੁਸੀਂ ਦੇਖਣਾ ਆਪਣੀ ਇੱਛਾ ਨੂੰ ਨਹੀਂ ਦੇਖਣਾ ਤੁਹਾਡੀ ਪ੍ਰੋਫਾਈਲ ਕਿੱਥੋਂ ਪਾਸ ਤੇ ਬੈਸਟ ਹੈ ਯੂ ਹੈਵ ਟੂ ਸੀ ਥੈਟ ਪਲਸ ਤੁਹਾਡੇ ਪਰਿਵਾਰ ਚ ਜਿਹੜੇ ਕਾਗਜ਼ ਅਵੇਲੇਬਲ ਹੈ ਤੁਹਾਡੇ ਫਾਈਨੈਂਸ਼ੀਅਲਸ ਦੇ ਤੁਹਾਡੇ ਇਨਕਮ ਦੇ ਔਰ ਇਨਕਮ ਦੇ ਸਬੂਤਾਂ ਦੇ ਉਹਦੇ ਬਾਅਦ ਕੰਟਰੀ ਡਿਸਾਈਡ ਕਰੋਗੇ ਯੂਕੇ ਦੇ ਵਿੱਚ ਉਹੀ ਬੱਚਾ ਜਾਂਦਾ ਜਿਹਦੇ ਕੋਲ ਡਾਕੂਮੈਂਟੇਸ਼ਨ ਦਾ ਅਭਾਵ ਹੈ ਘਾਟ ਹੈ ਵੀ ਮੇਰੇ ਪਰਿਵਾਰ ਕੋਲ ਇਨਕਮ ਟੈਕਸ ਰਿਟਰਨ ਆ ਨਹੀਂ ਹੈਗੇ ਜਾਂ ਸਬੂਤ ਨਹੀਂ ਹੈਗੇ ਫੰਡ 3 ਮਹੀਨੇ ਪੁਰਾਣੇ ਨਹੀਂ ਹੈਗੇ ਤਾਂ ਮੈਂ ਯੂਕੇ ਵਾਲੇ ਪਾਸੇ ਜਾਂਦਾ ਆਸਟ੍ਰੇਲੀਆ ਉਹ ਬੰਦਾ ਚੂਸ ਕਰਦਾ ਜੀ ਦੀ ਪ੍ਰੋਫਾਈਲ ਡਾਕੂਮੈਂਟੇਸ਼ਨ ਐਂਡ ਐਵਿਡੈਂਸ ਆਫ ਡਾਕੂਮੈਂਟੇਸ਼ਨ ਬਹੁਤ ਜ਼ਿਆਦਾ ਸਟਰੋਂਗ ਹੈਗਾ ਤਾਂ ਇਹਨੂੰ ਜੇ ਬਣਾਉਣ ਵਾਲੇ ਪਾਸੇ ਜਾਓਗੇ ਇਹ ਉਹ ਸਟੇਜ ਆਏਗੀ ਜਦ ਤੁਸੀਂ ਆਪਣਾ ਟਾਈਮ ਖਰਾਬ ਕਰੋਗੇ ਆਸਟ੍ਰੇਲੀਆ ਦੇ ਵਿੱਚ ਉਹੀ 6 6 8 8 ਮਹੀਨੇ ਲੱਗ ਜਾਂਦੇ ਨੇ ਤੁਹਾਡੇ ਇੱਕ ਜੀਟੀ ਨੂੰ ਕਲੀਅਰ ਹੋਣ ਲਈ ਕਿਉਂਕਿ ਡਾਕੂਮੈਂਟੇਸ਼ਨ ਤੁਸੀਂ ਕਹਿੰਨੇ ਹੋ ਪਾਜੀ ਆਹੀ ਅਵੇਲੇਬਲ ਹੈ ਇਹਦੇ ਨਾਲ ਹੀ ਕੰਮ ਸਾਰੋ ਹੁਣ ਮੈਂ ਕਿੰਨੀ ਵਾਰ ਦੇਖਿਆ ਇਨਕਮ ਟੈਕਸ ਰਿਟਰਨਸ ਜਦ ਆਸਟ੍ਰੇਲੀਆ ਦੀ ਆਂਦੀ ਹੈ ਉਹਦੇ ਵਿੱਚ ਕੰਪਿਟਿਸ਼ਨ ਹੁੰਦਾ ਕੋਈ ਵੀ ਏਜੰਟ ਜਾਂ ਕੋਈ ਵੀ ਸਟੂਡੈਂਟ ਉੱਚ ਆਪਣੀ ਇਨਕਮ ਵਧਾ ਕੇ ਕਰਵਾ ਲੈਂਦਾ ਸੀ ਇਹ ਤੋਂ ਐਗਰੀਕਲਚਰ ਐਡ ਕਰ ਦੋ ਐ ਆਸਟ੍ਰੇਲੀਆ 'ਚ ਸਿਰਫ ਕਹਿਣ ਤੇ ਗੱਲਾਂ ਨਹੀਂ ਚਲਦੀਆਂ ਨਾਲ ਸਬੂਤ ਜਾਂਦੇ ਆ ਪੂਰੇ ਦੇ ਪੂਰੇ ਤੁਹਾਨੂੰ ਲੱਗਦਾ ਹੈਗਾ ਤੁਸੀਂ ਸਬੂਤ ਤੁਹਾਡੇ ਕੋਲ ਅਵੇਲੇਬਲ ਨਹੀਂ ਹੈਗੇ ਜਾਂ ਉਹ ਸੋਰਸ ਆਫ ਇਨਕਮ ਹੀ ਤੁਹਾਡਾ ਨਹੀਂ ਹੈਗਾ ਦੈਨ ਚੁੱਪ-ਚਾਪ ਯੂਕੇ ਵਾਲੇ ਪਾਸੇ ਫਾਈਲ ਲਾਓ ਆਸਟ੍ਰੇਲੀਆ ਵਾਸਤੇ ਟਾਈਮ ਖਰਾਬ ਨਾ ਕਰੋ ਤਾਂ ਕਿ ਤੁਹਾਡੀ ਆਲਸੀ ਜਿਹੜੀ ਵੈਲੀਡੇਸ਼ਨ ਹੈ ਉਹ ਵੈਲੀਡੇਸ਼ਨ ਦੇ ਅੰਦਰ ਹੀ ਤੁਸੀਂ ਆਪਣਾ ਕੰਟਰੀ ਡੈਸਟੀਨੇਸ਼ਨ ਨੂੰ ਚੂਜ਼ ਕਰਕੇ ਉਹਦਾ ਵੀਜ਼ਾ ਲਵਾ ਕੇ ਔਰ ਐਟਲੀਸਟ ਡਿਸੀਜਨ ਲੈ ਕੇ ਅੱਗੇ ਤੁਰੋ ਤਾਂ ਇਹ ਬੜਾ ਇੰਪੋਰਟੈਂਟ ਫੈਕਟਰ ਰਹਿੰਦੇ ਆ ਵਾਈਲ ਸਿਲੈਕਟਿੰਗ ਅ ਕੰਟਰੀ ਚਾਹੇ ਉਹ ਫਿਰ ਪੀਟੀ ਹੋਵੇ ਜਾਂ ਆਲਸੋ ਹੋਵੇ ਉਦੇ ਨਾਲ ਡਾਕੂਮੈਂਟੇਸ਼ਨ ਨੂੰ ਜ਼ਰੂਰ ਤੁਸੀਂ ਦੇਖਣਾ ਹੈ ਬਿਲਕੁਲ ਬਿਲਕੁਲ ਤੇ ਅੱਗੋਂ ਸਰ ਆਪਾਂ ਕੈਨੇਡਾ ਦੀ ਗੱਲ ਕਰ ਲਈਏ ਹਾਲਾਂਕਿ ਪਿੱਛੇ ਅਸੀਂ ਦੇਖਿਆ ਕਿ ਬੜਾ ਫਾਸਟ ਹੋਇਆ ਰਿਜ਼ਲਟਸ ਆ ਰਹੇ ਸੀਗੇ ਬਹੁਤ ਵਧੀਆ ਰਿਜ਼ਲਟਸ ਵੀ ਆ ਰਹੇ ਪਰ ਜਿਵੇਂ ਹੁਣ ਆਪਾਂ ਦੇਖ ਰਹੇ ਹਾਂ ਕਿ ਉੱਥੇ ਸਟ੍ਰਾਈਕ ਚੱਲ ਰਹੀ ਹੈ ਤਾਂ ਕੀ ਇਸ ਦੇ ਨਾਲ ਪ੍ਰੋਸੈਸਿੰਗ ਵਿੱਚ ਵੀ ਥੋੜਾ ਫਰਕ ਪਵੇਗਾ ਡਿਲੇਸ ਅੱਗੋਂ ਦੇਖਣ ਨੂੰ ਮਿਲਣਗੇ ਰਿਜ਼ਲਟਸ ਵਿੱਚ ਵੈਲ ਕੈਨੇਡਾ ਨੂੰ ਤਾਂ ਇੱਕ ਵਾਰ ਗੁਰਿੰਦਰ ਪਾਜੀ ਨੇ ਆਪਣੇ ਇੱਕ ਸ਼ੋਅ 'ਚ ਕਿਹਾ ਸੀ ਕੈਨੇਡਾ ਇਜ਼ ਲਾਈਕ ਅ ਕਨਫਿਊਜ਼ਡ ਕੰਟਰੀ ਉਹਨਾਂ ਨੂੰ ਐਨਾ ਰਸ਼ ਸੰਭਿਆ ਨਹੀਂ ਸੰਭਿਆ ਨਹੀਂ ਜਾ ਰਿਹਾ ਜਦੋਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਲੈ ਕੇ ਆਏ ਸੀਗੇ ਸ਼ਿਨੂਕ ਲੈ ਕੇ ਆਏ ਸੀਗੇ ਸਿਸਟਮ ਦੇ ਵਿੱਚ ਜਦੋਂ ਪਰਪੂਰ ਰਿਜੈਕਸ਼ਨ ਆ ਰਹੇ ਸ਼ੁਰੂ ਹੋ ਗਏ ਸੀਗੇ ਟੂ ਦਾ ਇੰਡੀਅਨ ਸਟੂਡੈਂਟਸ ਮਨੂ ਸਟੇਜ ਦੁਆਰਾ ਆਂਦੀ ਦਿਖਦੀ ਹੈ ਓਕੇ ਕੱਲ ਜਿਵੇਂ ਸਟ੍ਰਾਈਕ ਉੱਥੇ ਅਨਾਉਂਸ ਹੋਈ ਦੋ ਤਿੰਨ ਦਿਨ ਪਹਿਲਾਂ ਸੌਰੀ ਤੇ ਉਹਦੇ ਵਿੱਚ ਕਿਤਨਾ ਕਿਤੇ ਬਹੁਤ ਸਾਰਾ ਜਿਹੜਾ ਸਟਾਫ ਹੈ ਉਹ ਪੂਰੇ ਕੈਨੇਡਾ ਦੇ ਵਿੱਚ ਸਟ੍ਰਾਈਕ ਤੇ ਗਿਆ ਹੈ ਆਪਣੀ ਮੰਗਾਂ ਨੂੰ ਲੈ ਕੇ ਜੀ ਮੰਗਾਂ ਚਲੋ ਉਹਨਾਂ ਦੀ ਸਰਕਾਰ ਨੇ ਦੇਖਣੀ ਹੈ ਕਿਵੇਂ ਮੰਗਣੀਆਂ ਜਾਂ ਕਿਵੇਂ ਨਹੀਂ ਕਰਨੀਆਂ ਬਟ ਇਹਦਾ ਇੰਪੈਕਟ ਪ੍ਰੋਸੈਸਿੰਗ ਤੇ ਜ਼ਰੂਰ ਆਏਗਾ ਹੁਣ ਜੇ ਇੰਪੈਕਟ ਉੱਥੇ ਇੱਕ ਡਿਸੀਜਨ ਕਰਨ ਵਾਲਾ ਬੰਦਾ ਨਹੀਂ ਹੈਗਾ ਤਾਂ ਵਾਪਸ ਐਸਪਾਸ ਅ ਜੇ ਆਪਾਂ ਗਵਰਨਮੈਂਟ ਦੀ ਸੋਚ ਨੂੰ ਥੋੜੀ ਸੋਚਣ ਦੀ ਕੋਸ਼ਿਸ਼ ਕਰੀਏ ਉਹਨਾਂ ਨੇ ਆਪਣੇ ਕੰਟਰੀ ਦਾ ਟਰਨ ਅਰਾਊਂਡ ਟਾਈਮ ਜਿਹੜਾ ਮਸਾ ਮਸਾ ਠੀਕ ਹੋਇਆ ਪਿਛਲੇ 2 ਸਾਲਾਂ ਦੀ ਲਗਾਤਾਰ ਕੋਸ਼ਿਸ਼ ਤੋਂ ਬਾਅਦ रेगुलर ਹੋ ਰਿਹਾ ਯੂ نو ਇੱਕ ਟਰੈਕ ਤੇ ਆਂਦਾ ਪਿਆ ਉਹ ਫਿਰ ਉਹਨੂੰ ਨਹੀਂ ਬਗਾੜਨਗੇ ਉਹ ਹੋ ਸਕਦਾ ਮੈਂ ਦੁਬਾਰਾ ਕਹਿੰਨਾ ਹੋ ਸਕਦਾ ਵਾਪਸ ਸ਼ਨੂਕ ਦਾ ਸਹਾਰਾ ਲੈ ਲੇ ਕਿਉਂਕਿ ਐਪਲੀਕੇਸ਼ਨਾਂ ਆਉਂਦੀਆਂ ਪਈਆਂ ਉਹਨਾਂ ਨੇ ਤਾਂ ਪ੍ਰੋਸੈਸ ਕਰਨੀਆਂ ਕਰਨੀਆਂ ਜੇ ਕੋਈ ਬੰਦਾ ਕਰਨ ਵਾਲਾ ਨਹੀਂ ਹੈਗਾ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਸਹਾਰਾ ਆ ਸਕਦਾ ਓਕੇ ਬਟ ਅਗੇਨ ਡਿਪੈਂਡ ਕਰਦਾ ਇਟ ਇਸ ਟੂ अर्ली ਟੂ ਸੇ ਕਿਉਂਕਿ ਪਹਿਲਾ ਹਫਤਾ ਸਟ੍ਰਾਈਕ ਦਾ ਉਹਨੂੰ ਕਦ ਹੋਣਾ ਆਊਗਾ ਓਪਨ ਤੇ ਗਵਰਨਮੈਂਟ ਕਿਵੇਂ ਟੈਕਲ ਕਰੇਗੀ ਉਹ ਤੇ ਡਿਪੈਂਡ ਕਰਦਾ ਬਟ ਯੈਸ ਆਈ ਕੈਨ ਸੇ ਐਂਡ ਸੀ ਦੋਨੋ ਚੀਜ਼ਾਂ ਬੀ ਪ੍ਰੋਸੈਸਿੰਗ ਕਿਤਨਾ ਕਿਤੇ ਸਲੋ ਹੋਏਗੀ ਆਉਣ ਵਾਲੇ ਕੁਝ ਹਫ਼ਤਿਆਂ ਦੇ ਅੰਦਰ ਤਾਂ ਹਰ ਇੱਕ ਸਟੂਡੈਂਟ ਨੂੰ ਇਹਦੀ ਪਲੈਨਿੰਗ ਕਰਕੇ ਚਲਨੀ ਆ ਹੁਣ ਜਿਉਂਨੇ ਸਪਟੈਂਬਰ ਇਨਟੈਕ ਮਿਸ ਨਹੀਂ ਕਰਨਾ ਸਟੂਡੈਂਟ ਦੇ ਕੁਝ ਦੋ ਚਾਰ ਪੁਆਇੰਟ ਹੁੰਦੇ ਨੇ ਜਿੱਥੇ ਉਹ ਸਟ੍ਰਕ ਹੋ ਜਾਂਦਾ ਪਹਿਲਾ ਹੁੰਦਾ ਹੈ ਕੈਨੇਡਾ ਇੱਕ ਐਸਾ ਕੰਟਰੀ ਹੈ ਜਿੱਥੇ ਤੁਹਾਡਾ ਖਰਚਾ ਪਹਿਲੇ ਦਿਨ ਤੋਂ ਤੁਹਾਨੂੰ ਪਤਾ ਹੁੰਦਾ ਮੇਰਾ 17 ਲੱਖ ਰੁਪਿਆ ਜਾਣਾ ਹੀ ਜਾਣਾ ਹੈ ਜਿੱਦਨ ਮੇਰਾ ਆਫਰ ਆ ਗਿਆ ਉਹਨੂੰ ਆਫਰ 3 ਹਫਤਿਆਂ ਚਾਵੇ 4 ਹਫਤਿਆਂ ਚਾਵੇ ਹੁਣ ਕਈ ਵਾਰ ਬੱਚਾ ਕਹਿੰਦਾ ਪਾਜੀ 4 ਹਫਤੇ ਲੱਗੇ ਵੀ ਮੈਂ ਹਜੇ ਪੈਸੇ ਇਕੱਠੇ ਕਰਦਾ ਪਿਆ ਉਹ ਇੱਕ ਨੇਵ ਡਿਸੀਜਨ ਹੈ ਉਹ ਇੱਕ ਬਚਪਨੇ ਦਾ ਡਿਸੀਜਨ ਹੈ ਜਦ ਤੁਸੀਂ ਆਪਣੀ ਪ੍ਰੋਸੈਸਿੰਗ ਸ਼ੁਰੂ ਕੀਤੀ ਸੀ ਜੀ ਉਹਨੇ ਉਹ ਬੱਚਾ ਜੋ ਡੈਫਰ ਹੁੰਦੇ ਨੇ ਫਿਰ ਬਾਅਦ ਚ ਡੈਡਲਾਈਨ ਨਿਕਲ ਜਾਂਦੀ ਹੈ ਜਾਂ ਸੀਟਾਂ ਭਰ ਜਾਂਦੀਆਂ ਤੇ ਅੱਗੇ ਤੁਸੀਂ ਡੈਫਰ ਹੋਣਾ ਸ਼ੁਰੂ ਕਰ ਦਿੰਦੇ ਹੋ ਅਗਲੇ-ਅਗਲੇ ਇਨਟੇਕ ਦੇ ਵਿੱਚ ਉਦੋਂ ਫਿਰ ਦਿਮਾਗ ਤੇ ਪ੍ਰੈਸ਼ਰ ਆ ਜਾਂਦਾ ਆਲਸ ਦਾ ਅਗੇਨ ਛੋਟਾ ਜਿਹਾ ਐਗਜ਼ਾਮਪਲ ਕਾਰਨਸਟੋਗਾ ਕਾਲਜ ਅੱਜ 2023 ਸਪਟੈਂਬਰ ਵਾਸਤੇ ਬੰਦ ਹੈ ਨਾਇਗਰਾ ਟੋਰਾਂਟੋ ਜਿਹੜਾ ਵਨ ਆਫ ਦਾ ਪੌਪੂਲਰ ਕਾਲਜਸ ਹੈ ਇਹ ਅਗਲੇ ਸਾਲ ਦਾ ਇਨਟੇਕ ਵੀ ਆਫ ਦਾ ਵਰਜ ਆਫ ਕਲੋਜ਼ਰ ਆ ਅਗਲੇ ਸਾਲ ਦਾ 2024 ਦਾ ਕਿਉਂਕਿ ਇਹਨਾਂ ਕੋਲ ਬੈਕਲੌਗ ਹੀ ਬਹੁਤ ਹੈ ਹੁਣ ਜਿਹੜਾ ਬੱਚਾ ਇਹਨਾਂ ਕਾਲਜਸ ਤੇ ਅੜਿਆ ਹੋਇਆ ਹੈ ਵੇ ਜਾਣਾ ਹੀ ਇੱਥੇ ਹੈ ਉਹ ਬਾਕੀ ਸਟੈਟਿਸਟਿਕਸ ਵੀ ਚੈੱਕ ਕਰ ਲਓ ਆਪਣਾ ਆਪਸ਼ਨ ਜ਼ਰੂਰ ਰੱਖੋ ਜੇ ਤੁਸੀਂ ਕੁਆਲੀਫਾਈ ਹੋਣੇ ਉਹ ਕਾਲਜ ਵਾਸਤੇ ਬਟ ਉਹਨੂੰ ਡੈਡਲਾਈਨ ਵੀ ਦਿਓ ਉਹਨੂੰ ਖੁੱਲਾ ਨਾ ਛੱਡੋ ਜੇ ਮੰਨ ਲਓ ਤੁਸੀਂ 10 ਮਤਲਬ 1/4 ਹਿਸਾਲ ਇਹ ਅੱਧਾ ਸਾਲ ਤੁਸੀਂ ਇੱਕ ਆਫਰ ਲੈਟਰ ਦੀ ਵੇਟ 'ਚ ਕੱਢਦਾ ਉਸ ਤੋਂ ਬਾਅਦ ਤੁਸੀਂ ਪੈਸੇ ਦਾ ਇੰਤਜ਼ਾਮ ਕਰਨਾ ਸ਼ੁਰੂ ਕੀਤਾ ਉਹ ਡੇਢ ਤੁਹਾਡਾ ਡੇਢ ਸਾਲ ਤੁਸੀਂ ਫੀਸ ਭਰੀ ਜੀਆਈਸੀ ਭਰਿਆ ਤੇ ਆ ਸਟ੍ਰਾਈਕ ਕਰਕੇ ਕਿਤਨਾ ਕਿਤੇ ਵਾਪਸ ਪ੍ਰੋਸੈਸਿੰਗ ਤਿੰਨ ਤਿੰਨ ਮਹੀਨੇ ਚੱਲੀ ਗਈ ਤੁਹਾਡਾ ਆ ਇੰਟੇਖ ਖਤਮ ਬਿਲਕੁਲ ਅੱਜ ਉਹ ਟਾਈਮ ਹੈ ਜਿੱਥੇ ਤੁਸੀਂ ਪਲਾਨਿੰਗ ਕਰਕੇ ਕੈਨੇਡਾ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਨੀ ਹੈ ਤੇ ਜੋ ਆਫਰ ਆਇਆ ਆਪਣੇ ਆਪ ਨੂੰ ਸੈੱਟ ਟਾਰਗੇਟ ਦਿਓ ਹਫਤੇ ਦੇ ਵਿੱਚ ਔਰ ਮੈਕਸਿਮਮ 10 ਦਿਨਾਂ ਦੇ ਵਿੱਚ ਸੀਟ ਬਲੌਕ ਕਰਾਣੀ ਹੈ ਐਂਡ ਉਸ ਤੋਂ 10 ਦਿਨਾਂ ਦੇ ਵਿੱਚ ਵਿੱਚ ਮੈਂ ਵੱਦ ਤੋਂ ਵੱਦ ਆਪਣਾ ਜੀਆਈਸੀ ਦੇ ਕੇ 25ਵੇਂ ਜਾਂ 27ਵੇਂ ਦਿਨ ਅੰਬੈਸੀ ਜਾਣਾ ਹੈ ਆਫਰ ਆਨ ਦੇ 1 ਮਹੀਨੇ ਦੇ ਅੰਦਰ ਅੰਦਰ ਕਿਉਂਕਿ ਕੈਨੇਡਾ ਵਿੱਚ ਕਈ ਵਾਰ ਰਿਜੈਕਸ਼ਨ ਦਾ ਵੀ ਸਾਹਮਣਾ ਕਰਨਾ ਪੈਂਦਾ ਵੀ ਆਲਵੇਸ ਸੇ ਆਪਣੇ ਕੋਲ ਇੱਕ ਕੁਸ਼ਨ ਦਾ ਟਾਈਮ ਲੈ ਕੇ ਚੱਲੋ ਅਗਲੇ ਲੌਂਜਮੈਂਟ ਤੋਂ ਪਹਿਲਾਂ ਅਗਲੇ ਲੌਂਜਮੈਂਟ ਤੋਂ ਬਾਅਦ ਸੈਕੰਡ ਲੌਂਜਮੈਂਟ ਤੋਂ ਬਾਅਦ ਦੁਬਾਰਾ ਤੁਹਾਨੂੰ 6 ਹਫ਼ਤੇ ਲੱਗ ਸਕਦੇ ਆ ਤੁਹਾਡੇ ਡਿਸੀਜਨ ਆਉਣ ਲਈ ਉਹਨੋਂ ਦੁਆਰਾ ਲੋਜਮੈਂਟ ਦਾ ਤੁਹਾਡੇ ਕੋਲ ਟਾਈਮ ਹੀ ਨਹੀਂ ਬਚਿਆ ਕਿਉਂਕਿ ਇਨਟੈਕ ਨਿਕਲ ਗਿਆ ਤੁਸੀਂ ਡੈਫਰ ਕਰਾਉਂਗੇ ਡੈਫਰ ਦੇ ਵਿੱਚ ਫਿਰ ਇੱਕ ਡੇਢ ਮਹੀਨਾ ਲੱਗੇਗਾ ਫਿਰ ਤੁਸੀਂ ਐਮਬੈਸੀ ਜਾਓਗੇ ਤਾਂ ਤੁਹਾਡਾ ਪੇਸ਼ੈਂਸ ਔਰ ਟਾਈਮ 4 ਮਹੀਨੇ ਦਾ ਪਲੱਸ ਹੋ ਜਾਂਦਾ ਨਾ ਮਨਾ ਨਾ ਰੱਬ ਕਰੇ ਦੁਆਰਾ ਰਿਜੈਕਸ਼ਨ ਆ ਗਿਆ ਫਿਰ ਕੀ ਕਰੋਗੇ ਬਿਲਕੁਲ ਫਿਰ ਤੀਜੀ ਕੰਟਰੀ ਜਾਓਗੇ ਉੱਥੇ ਨਹੀਂ ਹੋਇਆ ਫਿਰ ਉੱਥੇ ਜਾਓਗੇ ਫਿਰ ਸਿੰਗਾਪੂਰੀ ਭੇਜ ਦੋ ਔਰ ਕਿਤੇ ਨਹੀਂ ਜਾਣਾ ਉਹੀ ਕੰਟਰੀ ਮੇਰੇ ਲਈ ਬਣਿਆ ਹੋਇਆ ਤਾਂ ਅੱਜ ਬੀਇੰਗ ਅ ਸਟੂਡੈਂਟ ਤੁਹਾਨੂੰ ਕੈਲਕੂਲੇਟਿਵ ਹੋਣਾ ਪੈਣਾ ਪੂਰੇ ਮੈਥਮੈਟਿਕਸ ਦੇ ਨਾਲ ਬਿਲਕੁਲ ਸਹੀ ਤੁਸੀਂ ਗੱਲ ਕਹੀ ਹੈ ਸੋ ਸਟੂਡੈਂਟਸ ਇੱਕ ਹੋਰ ਬੜੀ ਵੱਡੀ ਗਲਤੀ ਜਿਹੜੇ ਕਰਦੇ ਨੇ ਕਿ ਕੋਰਸ ਚੇਂਜ ਕਰ ਲੈਂਦੇ ਨੇ ਆਪਣੇ ਇੱਥੋਂ ਜਿਸ ਕੋਰਸ ਵਿੱਚ ਗਏ ਉੱਥੇ ਜਾ ਕੇ ਪਹੁੰਚ ਕੇ ਥੋੜੀ ਚਿਰ ਬਾਅਦ ਕੋਰਸ ਚੇਂਜ ਕਰਦੇ ਆ ਉਸ ਦੇ ਨਾਲ ਕੀ ਅੱਗੋਂ ਹੋਰ ਅਸਰ ਲੱਗ ਸਕਦਾ ਕਿਸ ਤਰ੍ਹਾਂ ਦੇ ਇੰਪੈਕਟ ਪੈ ਸਕਦੇ ਨੇ ਚਾਹੇ ਕਿ ਜਿਹੜੇ ਸਟੂਡ ਤੋ ਅਪਲਾਈ ਕਰਕੇ ਅੱਗੇ ਜਾਣਾ ਚਾਹੁੰਦੇ ਨੇ ਕਿ ਇਨਾਂ ਚੀਜ਼ਾਂ ਦਾ ਸਟੂਡੈਂਟਸ ਉੱਪਰ ਫਰਕ ਪਾਏਗਾ ਦੇਖੋ ਜਿਹੜਾ ਸਕੋਰਸ ਹੈ ਨਾ ਬੇਸਿਕਲੀ that is something ਜਦ ਤੁਸੀਂ ਅੱਜ ਆਪਣੀ ਐਪਲੀਕੇਸ਼ਨ ਲਾਣ ਪਏ ਹੋ ਪੂਰੇ ਸੋਚ ਸਮਝ ਕੇ ਐਪਲੀਕੇਸ਼ਨ ਲਾਈਏ ਤੁਸੀਂ ਉਸ ਪਾਰਟिकुलर ਕੋਰਸ ਤੇ ਉਸ ਪਾਰਟिकुलर ਕਾਲਜ ਦੀ ਬਟ ਜਦ ਉੱਥੇ ਜਾ ਕੇ ਜਾਂ ਵੀਜ਼ਾ ਆਉਣ ਤੋਂ ਪਹਿਲਾਂ ਜਦ ਤੁਹਾਨੂੰ ਦੂਸਰੇ ਲੀਗ ਦੇ ਬੰਦੇ ਮਿਲ ਜਾਂਦੇ ਨੇ ਤੂੰ ਪਹੁੰਚ ਸਹੀ ਇੱਥੇ ਆਪਾਂ ਇਹ ਕਰ ਲਾਂਗੇ ਉਹ ਕਰ ਲਾਂਗੇ ਜਾਂ ਵਰਕ ਪਰਮਿਟ ਕਰਾ ਲਾਂਗੇ ਜਾਂਦੇ ਹੀ ਇਹ ਅਗੇ ਨੂੰ ਸ਼ਾਰਟਕਟ ਹੈਗੇ ਜਿਹੜਾ ਕਿ ਸਟੂਡੈਂਟ ਲੈਂਦਾ ਉਹ ਲੈ ਕੇ ਉਹ ਲੌਂਗ ਕੱਟ ਬਣਾ ਲੈਂਦਾ ਹੈ ਜਾਂ ਲੌਂਗ ਡੈਸਟੀਨੇਸ਼ਨ ਬਣਾ ਲੈਂਦਾ ਹੈਗਾ ਆਪਣੀ ਪੂਰੀ ਜਰਨੀ ਨੂੰ ਅਗੇ ਉਹਨੇ ਇਸ ਟਾਈਮ ਆਪਣੀ ਲੋਬੀਮੋਂ ਆਨ ਕਰਤੀ ਹੈ ਜਾਂਦੇ ਵਰਕ ਪਰਮਿਟ ਕਰ ਲਾਂਗੇ ਵਰਕ ਪਰਮਿਟ ਨੂੰ ਪੈਸੇ ਦੇ ਕੇ ਆਉਣਾ ਇਹ ਤਾਂ ਫਰੀਸ਼ਤਾ ਹੋਣਾ ਨਹੀਂ ਉੱਥੋਂ ਰਿਫੰਡ ਲਿੱਤਾ ਦੁੱਗਨੇ ਪੈਸੇ ਦਿੱਤੇ ਵਰਕ ਪਰਮਿਟ ਆ ਗਿਆ ਵਰਕ ਪਰਮਿਟ ਨੂੰ ਤੁਸੀਂ ਇਨਵੈਸਟਮੈਂਟ ਨਹੀਂ ਕਾਊਂਟ ਕਰਦੇ ਸਭ ਤੋਂ ਵੱਡੀ ਗਲਤੀ ਤੁਸੀਂ 20 25 30 ਹਜ਼ਾਰ ਡਾਲਰ ਦੇ ਕੇ ਵਰਕ ਪਰਮਿਟ ਖਰੀਦਿਆ ਖਰੀਦਿਆ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਚਾਬੀ ਹੈ ਏਮਪਲੋਇਰ ਨੂੰ ਦੇ ਦਿੱਤੀ ਉਹ ਤੁਹਾਨੂੰ ਜਿਵੇਂ-ਜਿਵੇਂ ਚਾਬੀ ਤੁਹਾਡੇ ਕਮਾਊਗਾ ਓਵੇਂ ਤੁਹਾਡੀ ਜ਼ਿੰਦਗੀ ਚੱਲੇਗੀ। ਵੈਰਸ ਇਹੀ 30000 ਡਾਲਰ ਤੁਸੀਂ ਆਪਣੇ ਆਪ ਤੇ ਫੀਸਾਂ ਚ ਇਨਵੈਸਟ ਕੀਤਾ ਹੁੰਦਾ ਤੁਸੀਂ ਆਪੇ ਕਾਬਿਲ ਬਣ ਜਾਂਦੇ ਪੈਸੇ ਕਮਾਣ ਲਈ ਆਪਣੀ ਸ਼ਰਤਾਂ ਦੇ ਉੱਤੇ। ਜਦ ਤੁਸੀਂ ਕਿਸੇ EMPLOER ਨੂੰ ਫੜ ਲਿਆ ਤੇ ਆਪਣੀਆਂ ਚਾਬੀਆਂ ਨੂੰ ਦੇਤੀ ਉਹ ਤੁਹਾਨੂੰ ਕਮਾਊਗਾ ਹੀ ਕਮਾਊਗਾ। ਇਹ ਕਿੰਨੀ ਵਾਰ ਹਰੇਕ ਕੰਟਰੀ ਦੇਖਿਆ ਗਿਆ ਵਰਕ ਪਰਮਿਟ ਜਦੋਂ ਨੇ ਆਪਣੀ ਸਪਾਂਸਰਸ਼ਿਪ ਵਾਪਸ ਖਿੱਚ ਲਈ ਤਾਂਦੈਨ ਤੁਸੀਂ ਨਵਾਂ ਵਰਕ ਪਰਮਿਟ ਨਵੀਂ ਚਿੰਤਾ ਨਵੇਂ ਵਕੀਲਾਂ ਨੂੰ ਪੈਸੇ ਐਂਡ ਸੋ ਆਨ ਇਟ ਇਜ਼ ਲਾਈਕ ਦੇਖੇ ਨਾ ਗੰਨੇ ਦਾ ਜੂਸ ਕੱਢਦੇ ਹੋਏ ਉਹ ਗੰਨੇ ਨੂੰ ਵਾਪਸ ਫੋਲਡ ਕਰ ਕਰਕੇ ਮਸ਼ੀਨ ਚ ਪਾ ਦਿੰਦਾ ਪੂਰਾ ਜੂਸ ਕੱਢ ਲੀਏ ਤੁਹਾਡਾ ਹਾਲ ਉਹ ਗੰਨੇ ਵਰਗਾ ਹੋ ਜਾਂਦਾ ਜਿੱਥੇ ੈਂਪਲੋਇਰ ਵੀ ਐਂਡ ਕੁਝ ਲੋਗ ਵੀ ਤੁਹਾਡਾ ਜੂਸ ਹੀ ਕੱਢੀ ਜਾਂਦਾ ਹੈ ਇਨ ਟਰਮਸ ਆਫ ਫਾਈਨੈਂਸ਼ੀਅਲਸ ਬਿਲਕੁਲ ਸਹੀ ਤੁਸੀਂ ਗੱਲ ਕਹੀ ਇਹ ਤੇ ਇੱਥੇ ਹੁਣ ਪ੍ਰੋਗਰਾਮ ਦੇ ਲਾਸਟ ਵਿੱਚ ਕੁਝ ਪੁਆਇੰਟਸ ਕੁਝ ਰੀਜ਼ਨਸ ਉਹ ਵੀ ਤੁਹਾਡੇ ਤੋਂ ਜ਼ਰੂਰ ਜਾਨਣਾ ਚਾਹਾਂਗੀ ਕਿ ਕਿਉਂ ਕੁਝ ਕੇਸਿਸ ਵਿੱਚ ਆਪਾਂ ਦੇਖਦੇ ਆਂ 에어ਪੋਰਟ ਤੋਂ ਸਟੂਡੈਂਟਸ ਨੂੰ ਵਾਪਸ ਭੇਜ ਦਿੱਤਾ ਜਾਂਦਾ ਸੋ ਸਟੂਡੈਂਟਸ ਇਸ ਚੋ ਦੇ ਨਾਲ بڑے ਰਹਿੰਦੇ ਨੇ ਤਾਂ ਮੈਂ ਜ਼ਰੂਰ ਚਾਹਾਂਗੀ ਤੁਸੀਂ ਉਹਨਾਂ ਨੂੰ ਵੀ ਚੀਜ਼ਾਂ ਸਮਝਾਓ ਤਾਂ ਕਿ ਉਹ ਗਲਤੀਆਂ ਨਾ ਕਰਨ ਦੇਖੋ ਇਹ ਉਹੀ ਗੱਲ ਆ ਕਿ ਜਿਹੜਾ ਸਟੂਡੈਂਟ ਹੈ ਇੱਥੋਂ ਲੋਬੀ ਮੋਮ ਔਨ ਕਰਕੇ ਜਾ ਰਿਹਾ ਇਹ ਉਹੀ ਬੱਚਾ ਹੈ ਜਿਹਦੇ ਫੋਨ ਦੇ ਉੱਤੇ ਚੈ ਉਹਨੂੰ ਜਰਨਲ ਜਿਹੜਾ ਇੰਟਰਸਟ ਹੈ ਆਪਣੇ ਕਾਲਜ ਦੇ ਕੋਰਸ ਦੇ ਵਿੱਚ ਨਹੀਂ ਹੈਗਾ ਲੌਂਗ ਟਰਮ ਪਲੈਨਿੰਗ ਕੀ ਹੈ ਵਰਕ ਪਰਮਿਟ ਦੀ ਜਦ ਵੀਜ਼ਾ ਆਫਸਰ ਨੂੰ ਉੱਥੇ ਜਾ ਕੇ ਸਵਾਲ ਨਹੀਂ ਪੁੱਛਦਾ ਹੈ ਗੱਲਬਾਤ ਕਰਦਾ ਹੈ ਓਵਰ ਦਾ ਇਮੀਗ੍ਰੇਸ਼ਨ ਕਾਊਂਟਰ ਉਹਦੇ ਜਵਾਬਾਂ ਤੋਂ ਹੀ ਇਹ ਹੈ ਜੀ ਆ ਜਾਂਦੀ ਹੈ ਕਿ ਵੀਜ਼ਾ ਆਫਸਰ ਨੂੰ ਹਿੰਟ ਵੀ ਇਹਨੇ ਦਾ ਇੱਥੇ ਗੋਲ ਹੋਣਾ ਹੈ ਫਿਰ ਫਰਦਰ ਇਨਵੈਸਟੀਗੇਸ਼ਨ ਲਾਇਆ ਜਾਂਦਾ ਹੈ ਉੱਥੇ ਉਹ ਪੱਕਾ ਹੀ ਮੰਨ ਜਾਂਦਾ ਹੈ ਜਾਂ ਉਦੋਂ ਉਹਦੀ ਚੈਟ ਫੜੀ ਜਾਂਦੀ ਹੈ ਜਾਂ ਈਮੇਲ ਫੜੀ ਜਾਂਦੀ ਹੈ ਸਿਰ ਵੀਜ਼ਾ ਅਫਸਰ ਪੱਕਾ ਹੋ ਜਾਂਦਾ ਇਹ ਮੇਰੇ ਕੰਟਰੀ ਵਾਸਤੇ ਸਟੂਡੈਂਟ ਵੀਜ਼ਾ ਲਈ ਨਹੀਂ ਫਿੱਟ ਹੈਗਾ ਇਹਨੂੰ ਇਸ ਕੈਟਾਗਰੀ ਦੇ ਵਿੱਚ ਅੰਦਰ ਨਹੀਂ ਜਾਣ ਦੇਵਾਂਗਾ ਇਹਨੂੰ ਵਾਪਸ ਭੇਜਾਂਗਾ ਤਾਂ ਉਹ ਪਾਰਟਿਕੂਲਰ ਕੈਟਾਗਰੀ ਜਿਹੜੀ ਤੁਹਾਡੀ ਸਟੂਡੈਂਟ ਵੀਜ਼ੇ ਤੁਸੀਂ ਲੈ ਕੇ ਜਾਣੇ ਪਏ ਹੋ ਉਹ ਕੈਨਸਲ ਹੁੰਦੀ ਹੈ ਰਾਹ ਹੋਰ ਵੀ ਹੁੰਦੇ ਵਾਪਸ ਆ ਕੇ ਦੁਬਾਰਾ ਅਪਲਾਈ ਕਰਨ ਦੇ ਬੈਨ ਨਹੀਂ ਲੱਗ ਜਾਂਦਾ ਇਸ ਕੇਸ ਦੇ ਵਿੱਚ ਕਿਉਂਕਿ ਤੁਸੀਂ ਝੂਠ ਨਹੀਂ ਬੋਲਿਆ ਜੇ ਝੂਠ ਬੋਲਿਆ ਵੀਜ਼ਾ ਅਪਲੀਕੇਸ਼ਨ ਤੇ ਫੜੇ ਜਾਂਦੇ ਹੋ ਫਿਰ 5 ਸਾਲ ਦਾ ਬੈਨ ਤੈ ਹੈ ਇਟ ਇਸ ਗੈਨ ਆਪਣੀ ਹਾਈ ਬੀਮ ਆਨ ਕਰਨੀ ਹੈ ਲੋਬੀ ਮਾਨ ਨਹੀਂ ਕਰਨੀ ਇਸ ਪੂਰੇ ਓਵਰਸੀਜ਼ ਸਟੂਡੈਂਟ ਦੀ ਜਰਨੀ ਦੇ ਵਿੱਚ ਜੀ ਬਿਲਕੁਲ ਸੋ ਉਮੀਦ ਕਰਦੇ ਹਾਂ ਤੁਸੀਂ ਇਹਨਾਂ ਸਾਰੀਆਂ ਗੱਲਾਂ ਦਾ ਧਿਆਨ ਜ਼ਰੂਰ ਰੱਖੋਗੇ ਪਰ ਫਿਰ ਵੀ ਕੋਈ ਡਾਊਟ ਹੋਵੇ ਨੰਬਰ ਜਿਹੜਾ ਹੈ ਡਿਸਪਲੇਅ ਨੂੰ ਨੋਟ ਕਰਕੇ ਰੱਖ ਲਓ ਆਪਣੇ ਮੋਬਾਈਲ 'ਚ ਚਾਹੇ ਸੇਵ ਕਰ ਲਓ ESS ਗਲੋਬਲ ਦਾ ਨੰਬਰ ਹੈ ਟਾਈਮਲੀ ਤੁਸੀਂ ਕਾਲ ਕਰਕੇ ESS ਗਲੋਬਲ ਦੀ ਟੀਮ ਦੇ ਨਾਲ ਕੰਟੈਕਟ ਕਰਕੇ ਸਹੀ ਡਿਸੀਜਨ ਲੈ ਕੇ ਅੱਗੇ ਵਧੋ ਤਾਂ ਕਿ ਸਹੀ ਪ੍ਰੋਸੈਸ ਦੇ ਨਾਲ ਲੱਗੇ ਚੱਲਦੇ ਹੋਏ ਤੁਸੀਂ ਆਪਣਾ ਸਟੱਡੀ ਵੀਜ਼ਾ ਹਾਸਲ ਕਰ ਸਕੋ ਸੋ ਬਹੁਤ ਬਹੁਤ ਥੈਂਕਸ ਸਰ ਥੈਂਕ ਯੂ ਜੀ ਇਸ ਪੂਰੀ ਇਨਫੋਰਮੇਸ਼ਨ ਦੇ ਲਈ ਤੇ ਅਗੋ ਵੀ ਤੁਹਾਡੇ ਧੰਨਵਾਦ ਮਾਈ ਨੇਮ ਇਜ਼ ਰਵਨੀਤ ਐਂਡ ਮੈਂ ਜਲੰਧਰ ਤੋਂ ਬਿਲੋਂਗ ਕਰਦੀ ਆਂ ਐਂਡ ਮੈਂ 2020 ਦੇ ਵਿੱਚ ਆਪਣੀ ਬੀਐਸਸੀ ਐਗਰੀਕਲਚਰ ਚੰਡੀਗੜ੍ਹ ਤੋਂ ਕੰਪਲੀਟ ਕੀਤੀ ਸੀ ਐਂਡ ਫਿਮੇਰਾ ਡ੍ਰੀਮ ਸੀ ਕਿ ਮੈਂ ਕੈਨੇਡਾ ਪੜਨ ਜਾਵਾਂ ਐਂਡ ਦੈਨ ਮੈਂ ਦੋ ਡਿਫਰੈਂਟ ਏਜੰਟਸ ਦੇ ਕੋਲੋਂ ਆਪਣਾ ਅਪਲਾਈ ਕੀਤਾ ਸੀਗਾ ਐਂਡ ਮੇਰੀ ਰਿਜੈਕਸ਼ਨ ਆ ਚੁੱਕੀ ਸੀ ਐਂਡ ਫਿਰ ਉਸ ਤੋਂ ਬਾਅਦ ਮੈਂ ਇੰਸਟਾਗ੍ਰam ਤੇ ESS ਗਲੋਬਲ ਵਾਲੇ ਦੇਖਿਆ ਐਂਡ ਮੈਂ ਇੱਥੇ ਇੱਕ ਵਾਰੀ ਵਿਜ਼ਿਟ ਕੀਤਾ ਰਵਨੀਤ ਸਰ ਨੂੰ ਮਿਲੀ ਉਸ ਤੋਂ ਬਾਅਦ ਜਦੋਂ ਮੈਂ ਆਪਣੀ ਫਾਈਲ ਇਹਨਾਂ ਦੇ ਥਰੂ ਲੌਂਚ ਕੀਤੀ ਐਂਡ ਅੱਜ ਮੇਰਾ ਕੈਨੇਡਾ ਦਾ ਸਟੱਡੀ ਵੀਜ਼ਾ ਆ ਚੁੱਕਿਆ ਆ ਥੈਂਕ ਯੂ ਸੋ ਮੱਚ ਟੂ ਸਿਮਰਨ ਮੈਮ ਐਂਡ ਰਵਨੀਤ ਸਰ ਐਂਡ ਜੇ ਤੁਸੀਂ ਵੀ ਆਪਣਾ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ESS ਗਲੋਬਲ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ ਸੱਚੀ ਕਾ ਸਾਰਿਆਂ ਨੂੰ ਮੇਰਾ ਨਾਮ ਮਨਦੀਪ ਮੈਂ ਫਗਵਾੜੇ ਤੋਂ ਬਿਲੋਂਗ ਕਰਦੀ ਆਂ ਔਰ ਮੈਂ ESS ਗਲੋਬਲ ਤੋਂ ਆਪਣੀ ਫਾਈਲ ਲਗਾਈ ਸੀਗੀ ਔਰ ਮੈਂ 20 ਦਿਨਾਂ ਦੇ ਵਿੱਚ ਵਿੱਚ ਆਪਣਾ ਸਪਾਸ ਵੀਜ਼ਾ ਹਾਸਲ ਕੀਤਾ ਹੈਗਾ ਆ ਔਰ ਮੈਂ ਸਾਰਿਆਂ ਨੂੰ ਇਹੀ ਰეკਮੈਂਡ ਕਰਨਾ ਚਾਹੁੰਦੀ ਆ ਕਿ ਤੁਸੀਂ ਵੀ ESS Global ਤੋਂ ਆਪਣੀ ਫਾਈਲ ਲਗਾਓ ਕਿਉਂਕਿ ਇੱਥੇ ਸਟਾਫ ਜਿਹੜਾ ਆ ਬਹੁਤ ਵਧੀਆ ਕੋਆਪਰੇਟ ਕਰਦਾ ਹੈਗਾ ਆ ਔਰ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡਾ ਰਿਜ਼ਲਟ ਮਿਲੇਗਾ ਤੇ ਮੈਂ ਇਹੀ ਸਭ ਨੂੰ ਕਹਿਣਾ ਚਾਹੁੰਦੀ ਆ ਕਿ ਸਾਰੇ ਬੱਚੇ ਆਪਣੀ ਫਾਈਲ ਇੱਥੋਂ ਹੀ ਲਗਾਓ ਹੈਲੋ एवरीवन ਮਾਈ ਨੇਮ ਇਜ਼ ਅੰਜਲੀ ਐਂਡ ਆਮ ਫਰਮ ਨਕੋਦਰ ਮੈਂਨੇ ਆਪਣੀ 12 2021 ਮੇ ਕੰਪਲੀਟ ਕਰੀ ਸੀ ਐਂਡ ਆਫਟਰ ਥੈਟ ਆ ਵਾਸ ਸਰਚਿੰਗ ਫਾਰ ਅ ਗੁੱਡ ਕੰਸਲਟੈਂਟ ਸੋ ਥਰੂ ਐਡਸ मेरे को पता चला एस एस के ए ग्लोबल के बारे में सो so, मैं जब यहाँ पे आई तो मेरा काम सब बिल्कुल स्मूथली चला मुझे कोई हसल बसल नहीं हुई मुझे किसी ने कोई परेशान नहीं किया मैं जब भी कॉल करती थी दे यूज़ टू अटेंड मी वेरी नाइसली एंड सब कुछ बहुत नॉर्मली uh, हुआ एंड आफ्टर फ्यू टाइम आई गॉट माई आफ्टर आई गेस टू मंथ्स आई आई हैव गॉट माई वीजा एंड आई एम रेडी वेरी हैप्पी एंड आई रिकमेंड ईच एंड ऑफ यू टू एंडरीयर सत श्रीकाल जी मेरा नाम किरणदीप कौर मैं जलंधर तो बिलोंग कर रही हूँ ਮੈਂ ਕੁਝ ਮਨਸ ਮਹੀਨੇ ਪਹਿਲਾਂ ICESS ਆਪਣੀ ਵੀਜ਼ਾ ਕਾਉਂਸਲਿੰਗ ਵਾਸਤੇ ਆਸਟ੍ਰੇਲੀਆ ਦੇ ਸਪਾਊਸ ਵੀਜ਼ਾ ਵਾਸਤੇ ਤੇ ਬਹੁਤ ਅੱਛੀ ਗਾਈਡੈਂਸ ਮਿਲੀ ਤੇ ਬਹੁਤ ਹੀ ਘੱਟ ਸਮੇਂ ਦੇ ਵਿੱਚ ਬੜੀਆ ਤਰੀਕੇ ਦੇ ਨਾਲ ਇਹਨਾਂ ਨੇ ਵੀਜ਼ਾ ਮੰਗਵਾ ਕੇ ਦਿੱਤਾ ਤੇ ਮੇਰਾ ਵੀਜ਼ਾ ਗ੍ਰਾਂਟ ਹੋ ਚੁੱਕਾ ਹੈ ਤੇ ਮੈਂ ਬਹੁਤ థాంਕਫੁਲ ਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਰეკਮੈਂਡ ਕਰਦੀ ਆ ਕਿ ਤੁਸੀਂ ਵੀ ਐਸਐਸਓ ਤੇ ਆਪਣੇ ਫਿਊਚਰ ਬ੍ਰਾਈਟ ਫਿਊਚਰ ਦੇ ਲਈ ਇੱਥੋਂ ਆਪਣੇ ਵੀਜ਼ਾ ਦੀ ਅਪਲੀਕੇਸ਼ਨ ਦਿਓ ਕੀ ਤੁਸੀਂ ਆਪਣੀ ਕੈਨੇਡਾ ਜਾਣ ਵਾਸਤੇ ਪਰਮਨੈਂਟ ਰੈਜ਼ਿਡੈਂਸੀ ਦੀ ਅਪਲੀਕੇਸ਼ਨ ਲਗਾਈ ਹੋਈ ਹੈ ਕੀ ਤੁਸੀਂ ਕੈਨੇਡਾ ਪੱਕੇ ਤੌਰ ਤੇ ਜਾਣਾ ਚਾਹੁੰਦੇ ਅੱਜ 6 ਮਹੀਨੇ ਸਾਲ ਹੋ ਚੁੱਕਾ ਹੈ ਸੀਆਰਐਸ ਸਕੋਰ ਨਹੀਂ ਆ ਰਿਹਾ ਜੋ ਤੁਹਾਡੀ ਪ੍ਰੋਫਾਈਲ ਦਾ ਹੈ ਸਕੋਰ ਬਹੁਤ ਜ਼ਿਆਦਾ ਹਾਈ ਆ ਰਿਹਾ ਕਿਸ ਤਰੀਕੇ ਦੇ ਨਾਲ ਸੀਆਰਐਸ ਸਕੋਰ ਨੂੰ ਇੰਪਰੂਵ ਕਰੀਏ ਹੁਣੇ ਫੋਨ ਚੱਕੋ ਕਾਲ ਕਰੋ ਤੇ ਸੈਮੀਨਾਰ ਦਾ ਹਿੱਸਾ ਬਣੋ